ਤੇ ਮੈਂ ਉਹਨਾਂ ਨੂੰ ਵੀ ਇਹ ਰਿਕੁਐਸਟ ਕਰਦਾ ਯਾਰ ਖੇਡੋ ਕਬੱਡੀ ਖੇਡੋ ਸਿਰਫ ਕਬੱਡੀ ਖੇਡੋ ਛੱਡੋ ਪਰਾਂ ਸਿਆਸਤਾਂ ਦੇ ਵਿੱਚ ਕੱਖ ਨਹੀਂ ਰੱਖਿਆ ਸਿਆਸਤਾਂ ਨੇ ਨਾ ਪਲੇਅਰਾਂ ਦਾ ਬੇੜਾ ਗਰਕ ਕਰਨਾ ਹੋਰ ਸਿਆਸਤਾਂ ਕਬੱਡੀ ਨੂੰ ਕੁਛ ਨਹੀਂ ਦੇ ਸਕਦੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਾਹਦੇ ਗਰੁੱਪ ਆ ਪਹਿਲੀ ਤਾਂ ਵੰਡਣੀ ਨਹੀਂ ਕਿਸੇ ਨਾਲ ਇਸੇ ਤਰ੍ਹਾਂ ਨਵੇਂ ਜਿੰਨੇ ਮੁੰਡੇ ਆਏ ਆ ਸਾਰਿਆਂ ਤੋਂ ਚੰਗਾ ਹੀ ਰਬਟ ਅਗਰ ਯਾਰ ਫੈਡਰੇਸ਼ਨ ਨੇ ਉਹਦੇ ਨਾਲ ਕੋਈ ਦੋ ਨੰਬਰੀ ਕਰਨੀ ਹੁੰਦੀ ਜਾਂ ਕੋਈ ਸਿਆਸਤ ਉਹਦੇ ਨਾਲ ਕਰਨੀ ਹੁੰਦੀ ਤਾਂ ਬੈਨ ਹੀ ਨਾ ਲਿਫਟ ਕਰ ਲੈਂਦੇ ਔਰ ਇਹ ਵੀ ਬੜੀ ਇੱਕ ਅੱਛਾ ਸਾਇਨ ਆ ਫੈਡਰੇਸ਼ਨ ਵਾਸਤੇ ਕਿ ਭਾਈ ਗੁਲਾਮ ਅਬਾਸ ਭੱਟ ਸਾਹਿਬ ਔਰ ਫੈਡਰੇਸ਼ਨ ਦੀ ਸੁਲਾਹ ਵੀ ਹੋ ਗਈ ਆ ਇਹ ਹੁਣ ਇਹ ਸਾਰੇ ਇਕੱਠੇ ਰਲ ਕੇ ਕੰਮ ਕਰਨਗੇ ਤਾਂ ਕਬੱਡੀ ਹੁਣ ਚੰਗੀ ਹੋਊਗੀ ਗਰੁੱਪਬਾਜ਼ੀ ਖਤਮ ਹੋ ਗਈ ਗਰੁੱਪਬਾਜ਼ੀ ਸੁਲਾਹ ਹੋ ਗਈ ਹੈ ਇਹਨਾਂ ਦੀ ਕੱਲ੍ਹ ਹੁਣ ਕਿਸੇ ਦੇ ਅੰਦਰ ਵੜ ਕੇ ਤਾਂ ਵੇਖਿਆ ਨਹੀਂ ਅਸਲਾਮ ਵਾਲੇਕੁਮ ਭਾਅ ਜੀ ਜੀ ਵਾਲੇਕੁਮ ਅਸਲਾਮ ਅੱਛਾ ਭਾਅ ਜੀ ਮਾਸ਼ਾਅੱਲਾ ਕਬੱਡੀ ਦਾ ਜਿਹੜਾ ਵਰਲਡ ਕੱਪ ਆ ਉਹ ਪਾਕਿਸਤਾਨ ਦੇ ਵਿੱਚ ਹੋਇਆ ਅਤੇ ਮਾਸ਼ਾਅੱਲਾ ਤੁਸੀਂ ਇਸ ਕਬੱਡੀ ਦੇ ਵਰਲਡ ਕੱਪ ਨੂੰ ਕਿਸ ਤਰ੍ਹਾਂ ਦੇਖ ਰਹੇ ਜੇ ਕਿ ਇਹ ਅਗਾਂਹ ਵੀ ਤਰੱਕੀ ਕਰੇਗਾ ਮਾਸ਼ਾਅੱਲਾ ਕਬੱਡੀ ਜਿਹੜੀ ਆ ਪਹਿਲੀ ਵਾਰ ਕਬੱਡੀ ਦਾ ਵਰਲਡ ਕੱਪ ਪਾਕਿਸਤਾਨ ਦੇ ਵਿੱਚ ਹੋਇਆ ਔਰ ਇਹਨੂੰ ਤੁਸੀਂ ਆਪਣੀ ਕਿਸ ਤਰ੍ਹਾਂ ਨਜ਼ਰ ਦੇ ਵਿੱਚ ਦੇਖਦੇ ਜੇ ਕਿ ਇਹਦੀ ਕਿਸ ਤਰ੍ਹਾਂ ਤਰੱਕੀ ਹੋ ਰਹੀ ਆ ਔਰ ਕਿਸ ਤਰ੍ਹਾਂ ਅਗਾਂਹ ਕਬੱਡੀ ਤਰੱਕੀ ਕਰੇਗੀ ਜੀ ਬਿਸਮਿਲ੍ਲਾ ਰਹਿਮਾਨ ਰਹੀਮ ਸਭ ਤੋਂ ਪਹਿਲੇ ਤਾਂ ਸਾਰੇ ਵੇਖਣ ਵਾਲੇ ਦੋਸਤਾਂ ਨੂੰ ਮੇਰੀ ਤਰਫੋਂ ਅਸਲਾਮ ਅਲੈਕੁਮ ਅਤੇ ਉਸ ਤੋਂ ਬਾਅਦ ਤੁਹਾਡਾ ਵੀ ਥੈਂਕ ਯੂ ਸਾਰੇ ਪਿਆਰ ਕਰਨ ਵਾਲੇ ਦੋਸਤਾਂ ਦਾ ਵੀ ਥੈਂਕ ਯੂ ਜਿਨ੍ਹਾਂ ਨੇ ਤੁਹਾਨੂੰ ਇਹ ਗੱਲ ਕੀਤੀ ਕਿ ਅਕਮਲ ਭਾਈ ਦਾ ਇੰਟਰਵਿਊ ਕਰੋ ਸਾਰਿਆਂ ਨੂੰ ਬਹੁਤ ਸ਼ੁਕਰੀਆ ਸਾਰਿਆਂ ਪਰਮਵੀਰਾਂ ਦਾ ਅਤੇ ਜਿੱਥੋਂ ਤੱਕ ਭਾਈ ਵਰਲਡ ਕੱਪ ਦੀ ਗੱਲ ਆ ਵਰਲਡ ਕੱਪ ਪਾਕਿਸਤਾਨ 'ਚ ਪਹਿਲੀ ਦਫਾ ਹੋਇਆ ਅਤੇ ਬਹੁਤ ਮਤਲਬ ਉਹਦੇ ਟਫ ਮੈਚ ਹੋਏ ਅਤੇ ਪਾਕਿਸਤਾਨ ਵਿਨਰ ਵੀ ਹੋਇਆ ਅਲਹਮਦੁਲਿਲਾ ਪਹਿਲੀ ਦਫਾ ਵਿਨਰ ਹੋਇਆ ਅਤੇ ਬਹੁਤ ਖੁਸ਼ਾਇਨ ਗੱਲ ਆ ਇਹ ਪਾਕਿਸਤਾਨ ਦੇ ਵਿੱਚ ਪਹਿਲੀ ਦਫਾ ਐਡਾ ਵੱਡਾ ਇਵੈਂਟ ਹੋਇਆ ਇਹਦੇ ਨਾਲ ਬੈਨੀਫਿਟ ਤੁਹਾਨੂੰ ਇਹ ਹੈ ਕਿ ਜਿਹੜੀ ਤੁਹਾਡੀ ਨਵੀਂ ਨਸਲ ਆ ਜਿਹੜੀ ਕਬੱਡੀ ਪਿੱਛੇ ਪਾਕਿਸਤਾਨ ਦੇ ਵਿੱਚ ਘੱਟਦੀ ਜਾ ਰਹੀ ਸੀ ਬਿਲਕੁਲ ਉਹਦੇ ਨਾਲ ਇਨਸ਼ਾਅੱਲਾ ਮੀਡੀਆ 'ਤੇ ਆਉਣ ਦੀ ਵਜ੍ਹਾ ਨਾਲ ਥੋੜ੍ਹਾ ਜਿਹਾ ਕਹਿ ਲਓ ਕਿ ਰੁਝਾਨ ਵੱਧ ਜਾਏਗਾ ਕਬੱਡੀ ਦਾ ਮੁੰਡੇ ਵੱਧ ਤੋਂ ਵੱਧ ਆਉਣਗੇ ਕਬੱਡੀ ਦੇ ਵਿੱਚ ਅਤੇ ਜਿੰਨੇ ਜ਼ਿਆਦਾ ਆਉਣਗੇ ਉਹਨਾਂ ਦੇ ਵਿੱਚੋਂ ਉਨੇ ਚੰਗੇ ਵੀ ਨਿਕਲਣਗੇ ਬਿਲਕੁਲ ਜੇ ਆਉਣਗੇ ਨਹੀਂ ਤਾਂ ਫਿਰ ਅਸੀਂ ਚੰਗੇ ਕਿੱਥੋਂ ਲਵਾਂਗੇ ਬਿਲਕੁਲ ਬਿਲਕੁਲ ਅਤੇ ਮੁੰਡੇ ਆਉਣਗੇ ਮਾਸ਼ਾਅੱਲਾ ਨਵੀਂ ਜਨਰੇਸ਼ਨ ਆਊਗੀ ਕਬੱਡੀ ਦੇ ਵਿੱਚ ਤਾਂ ਹੀ ਚੰਗੇ ਮੁੰਡੇ ਲੱਭਣਗੇ ਬਿਲਕੁਲ ਬਿਲਕੁਲ ਪਿੱਛੇ ਜਿਹੇ ਪਾਕਿਸਤਾਨ ਦੇ ਵਿੱਚ ਥੋੜ੍ਹਾ ਜਿਹਾ ਕਰੇਜ਼ ਇਹਦਾ ਘੱਟ ਗਿਆ ਸੀ ਕਬੱਡੀ ਦਾ ਬਈ ਕੋਈ ਵੱਡਾ ਇਵੈਂਟ ਨਹੀਂ ਸੀ ਹੋਇਆ ਮੀਡੀਆ 'ਤੇ ਨਹੀਂ ਆਇਆ ਸੀ ਅਤੇ ਹੁਣ ਮਾਸ਼ਾਅੱਲਾ ਵਰਲਡ ਕੱਪ ਹੋਇਆ ਪਾਕਿਸਤਾਨ ਜਿੱਤਿਆ ਵੀ ਆ ਅਤੇ ਉਮੀਦ ਆ ਇਹਦੇ ਨਾਲ ਜਿਹੜਾ ਨਵੀਂ ਨਸਲ ਨੂੰ ਨਾ ਕਬੱਡੀ ਨੂੰ ਸਮਝਣ ਵਾਸਤੇ ਬਹੁਤ ਵੱਡਾ ਮੌਕਾ ਮਿਲਿਆ ਆ ਅਤੇ ਇਨਸ਼ਾਅੱਲਾ ਨਵੇਂ ਬੰਦੇ ਖੇਡਣ ਲਈ ਤਿਆਰ ਹੋਣਗੇ ਅਤੇ ਭਾਅ ਜੀ ਮਾਸ਼ਾਅੱਲਾ ਤੁਹਾਡਾ ਵਰਲਡ ਕੱਪ ਦੇ ਵਿੱਚ ਇੱਕ ਬਹੁਤ ਅੱਛਾ ਨਾਮ ਤੁਰਿਆ ਆ ਰਿਹਾ ਵਾ ਔਰ ਇਹ ਕਦੋਂ ਤੋਂ ਨਾਮ ਤੁਸੀਂ ਵਰਲਡ ਕੱਪ ਦੇ ਵਿੱਚ ਪਹਿਲਾਂ ਜੁਆਇਨਿੰਗ ਹੋਈ ਆ ਵਰਲਡ ਕੱਪ ਦੀ ਔਰ ਮਾਸ਼ਾਅੱਲਾ ਤੁਹਾਡਾ ਇੱਕ ਨਾਮ ਬਣਿਆ ਰਿਹਾ ਵਾ ਤੁਸੀਂ ਅੱਜ ਤੱਕ ਆਪਣਾ ਨਾਮ ਬਣਾ ਕੇ ਰੱਖਿਆ ਵਾ ਅਤੇ ਤੁਸੀਂ ਇਸ ਨਾਮ ਨੂੰ ਕਿਸ ਤਰ੍ਹਾਂ ਦੇਖਦੇ ਜੇ ਕਿ ਮਾਸ਼ਾਅੱਲਾ ਅੱਗੇ ਵੀ ਇਹਦੇ ਉੱਤੇ ਕਿਸ ਤਰ੍ਹਾਂ ਕਾਬੂ ਰੱਖੋਗੇ ਵੀਰੇ ਮੈਂ 2012 'ਚ ਪਹਿਲਾਂ ਵਰਲਡ ਕੱਪ ਖੇਲਿਆ ਸੀ ਵਰਲਡ ਕੱਪ ਵੈਸੇ ਇੰਡੀਆ 'ਚ ਪਹਿਲੀ ਦਫਾ 2010 'ਚ ਹੋਇਆ ਸੀ ਸਹੀ ਲੇਕਿਨ ਮੈਂ ਉਦੋਂ ਲਾ ਲਓ ਪੜ੍ਹਦਾ ਸੀ ਸਹੀ ਜਾਂ ਜੋਬ ਮੈਨੂੰ ਪੁਲਿਸ ਦੀ ਜੋਬ 'ਚ ਕਰਦਾ ਸੀ ਮੈਂ ਉਦੋਂ ਵਰਲਡ ਕੱਪ ਜਦੋਂ ਪਹਿਲਾਂ 2010 'ਚ ਹੋਇਆ ਪੜ੍ਹਨਾ ਸੀ ਮੈਂ ਸੋਰੀ ਅਤੇ 2012 'ਚ ਮੈਂ ਪਹਿਲਾਂ ਵਰਲਡ ਕੱਪ ਖੇਲਿਆ ਸੀ ਅਤੇ ਵਧੀਆ ਖੇਲ ਗਏ ਸੀ ਲੇਕਿਨ ਅਸੀਂ ਮੈਚ ਹਾਰ ਗਏ ਸੀ ਕਾਫੀ ਨੰਬਰਾਂ ਤੋਂ ਕਿਸੇ ਵੀ ਵੱਡੀ ਟੀਮ ਨਾਲ ਜਦੋਂ ਤੁਸੀਂ ਖੇਲਦੇ ਆ ਨਾ ਤਾਂ ਉਹਦੇ ਵਾਸਤੇ ਤੁਹਾਨੂੰ ਐਕਸਪੀਰੀਅੰਸ ਦੀ ਬਹੁਤ ਜ਼ਰੂਰਤ ਹੈ ਇਸ ਲੈਵਲ 'ਤੇ ਜਾ ਕੇ ਫਿਟਨੈਸ ਤਾਂ ਤਕਰੀਬਨ ਸਾਰੀਆਂ ਟੀਮਾਂ ਦੀ ਬਹੁਤ ਅੱਛੀ ਹੁੰਦੀ ਬਿਲਕੁਲ ਬਿਲਕੁਲ ਉੱਥੇ ਫਿਰ ਤੁਹਾਡਾ ਹੌਸਲਾ ਤੁਹਾਡੀ ਦਲੇਰੀ ਅਤੇ ਅਕਲ ਚਾਹੀਦੀ ਹੁੰਦੀ ਤੁਹਾਨੂੰ ਐਕਸਪੀਰੀਅੰਸ ਜਿਹਨੂੰ ਆਪਾਂ ਦੂਸਰੇ ਲਾਸਾਂ 'ਚ ਕਹਿੰਦੇ ਅਤੇ ਜਿੱਦਾਂ ਜਿੱਦਾਂ ਖੇਲਦੇ ਗਏ ਵਧੀਆ ਵਧੀਆ ਐਕਸਪੀਰੀਅੰਸ ਹੁੰਦਾ ਗਿਆ ਅਤੇ ਬਸ ਚੱਲ ਰਿਹਾ ਜੀ ਮੁਸਲਸਲ ਅਲਹਮਦੁਲਿਲਾ ਮਿਹਨਤ ਕਰੀ ਦੀ ਆ ਪਿੱਛੇ ਜੇ ਥੋੜ੍ਹਾ ਜਿਹਾ ਗੈਪ ਆ ਗਿਆ ਸੀ ਮੇਰੇ ਸੱਟ ਲੱਗਣ ਕਰਕੇ ਅਤੇ 2 ਸਾਲ ਮੈਂ ਖੇਲ ਨਹੀਂ ਸਕਿਆ ਸੀ ਜਿਹਦੀ ਵਜ੍ਹਾ ਤੋਂ ਕੋਈ ਦੋਸਤਾਂ ਨੇ ਕਿਹਾ ਵੀ ਪਤਾ ਨਹੀਂ ਕਬੱਡੀ ਛੱਡ ਗਿਆ ਜਾਂ ਮਤਲਬ ਅਨਫਿਟ ਹੋਣ ਦੀ ਵਜ੍ਹਾ ਤੋਂ ਜਾਂ ਗੇਮ ਪਿੱਛੇ ਚੱਲ ਗਈ ਆ ਜੀ ਜ਼ਰੂਰ ਪਿੱਛੇ ਵੀ ਗਈ ਸੀਗੀ ਕੋਈ ਸ਼ੱਕ ਵੀ ਨਹੀਂ ਇਸ ਗੱਲ ਦੇ ਵਿੱਚ ਕਿਉਂਕਿ 2 ਸਾਲ ਦਾ ਗੈਪ ਬਹੁਤ ਜ਼ਿਆਦਾ 2 ਸਾਲ ਦਾ ਗੈਪ ਬਣ ਗਿਆ ਸੀ ਕੁਛ ਮੇਰੇ ਕੋਲ ਮਿਹਨਤ ਨਹੀਂ ਉਸ ਤਰੀਕੇ ਨਾਲ ਕੀਤੀ ਗਈ ਜਿੰਨੀ ਇਸ ਲੈਵਲ 'ਤੇ ਕਰਨੀ ਚਾਹੀਦੀ ਸੀ ਅਤੇ 2 ਸਾਲ ਦਾ ਗੈਪ ਆਇਆ ਸੀ ਜਿਹਦੀ ਵਜ੍ਹਾ ਤੋਂ ਮੇਰੀ ਗੇਮ ਬਹੁਤ ਪਿੱਛੇ ਚੱਲ ਗਈ ਅਤੇ ਮੈਂ ਦੁਬਾਰਾ ਕਮ ਬੈਕ ਆ 2020 ਵਾਲੇ ਕੱਪ 'ਤੇ ਕੀਤਾ ਆ ਅਤੇ ਆਪਣੇ ਵੱਲੋਂ ਤਾਂ 100% ਦੇਣ ਦੀ ਕੋਸ਼ਿਸ਼ ਕੀਤੀ ਆ ਔਰ ਅਲਹਮਦੁਲਿਲਾ ਜਿੰਨੇ ਮੈਚ ਖੇਲੇ ਵਧੀਆ ਖੇਲੇ ਆ ਅਲਹਮਦੁਲਿਲਾ ਔਰ ਅੱਲਾ ਦਾ ਸ਼ੁਕਰ ਆ ਕਿ ਅਸੀਂ ਇਸ ਟੀਮ ਦਾ ਹਿੱਸਾ ਸੀਗੇ ਜਿਹੜੀ ਵਰਲਡ ਕੱਪ ਜਿੱਤੀ ਆ ਅਤੇ ਅੱਲਾ ਪਾਕ ਦੀ ਇਹ ਬੜੀ ਰਹਿਮਤ ਹੋਈ ਆ ਦੋਸਤਾਂ ਦੀਆਂ ਪਿਆਰ ਕਰਨ ਵਾਲੇ ਸਾਰੇ ਜਿੰਨੇ ਵੀ ਫੈਨਸ ਨੇ ਉਹਨਾਂ ਦੀਆਂ ਦੁਆਵਾਂ ਨਾਲ ਹੀ ਇਹ ਕੱਪ ਜਿੱਤਿਆ ਗਿਆ ਅਤੇ ਗੱਲ ਰਹੀ ਜਿੱਥੋਂ ਤੱਕ
ਆਪਣੇ ਆਪ ਨੂੰ ਇੰਪਰੂਵ ਕਰਨ ਦੀ ਜਾਂ ਬਿਹਤਰ ਮੁਸਲਸਲ ਰੱਖਣ ਦੀ, ਅਤੇ ਵੀਰੇ ਮੈਚ ਆ ਚੰਗੇ ਮਾੜੇ ਲੱਗਦੇ ਰਹਿੰਦੇ ਆ। ਬਿਲਕੁਲ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਕੋਈ ਵੀ ਪਲੇਅਰ ਵਰਲਡ 'ਤੇ ਇਹ ਨਹੀਂ ਕਹਿ ਸਕਦਾ ਕਿ ਮੈਂ ਹਰ ਮੈਚ ਦੇ ਵਿੱਚ ਆਪਣਾ 100% ਦੇ ਸਕਦਾ, ਪਾਰਟ ਆਫ ਗੇਮ ਆ। ਬਿਲਕੁਲ, ਇਹਦੇ ਵਿੱਚ ਕਿਸੇ ਦਿਨ ਤੁਸੀਂ ਚੰਗਾ ਵੀ ਖੇਡਣਾ, ਕਿਸੇ ਦਿਨ ਤੁਹਾਨੂੰ ਕੋ ਖੁਦਾ ਨਾ ਖਾਸਤਾ ਮਾੜੀ ਮੋਟੀ ਇੰਜਰੀ ਵੀ ਹੋਣੀ ਆ, ਤੁਸੀਂ ਮਾੜਾ ਵੀ ਖੇਡਣਾ, ਸਾਰੀਆਂ ਗੱਲਾਂ ਨਾਲ ਹੀ ਹੁੰਦੀਆਂ। ਬਿਲਕੁਲ, ਲੇਕਿਨ ਮਿਹਨਤ ਆ, ਬਿਲਕੁਲ, ਜਿੰਨੀ ਦੇਰ ਤੁਸੀਂ ਵਧੀਆ ਕਰ ਸਕਦੇ ਆ, ਮਿਹਨਤ ਚੰਗੀ ਕਰ ਸਕਦੇ ਹੋ, ਉਹਨੇ ਦੋਸਤ ਤੁਸੀਂ ਚੰਗਾ ਖੇਲੋਗੇ। ਬਿਲਕੁਲ, ਹਾਂਜੀ। ਅੱਛਾ ਭਾਅ ਜੀ, ਤੁਸੀਂ ਮੈਨੂੰ ਇਹ ਦੱਸੋ ਕਿ ਆਪਾਂ ਇੱਕ ਨਾਮ ਬਣਿਆ ਫਲਾਇੰਗ ਹੋਰਸ, ਹਾਂਜੀ, ਠੀਕ ਆ, ਜੀ, ਇਹ ਨਾਮ ਕਿੱਥੋਂ ਪੈਦਾ ਹੋਇਆ, ਇਹਦੀ ਕੋਈ ਥੋੜ੍ਹੀ ਜਿਹੀ ਹਿਸਟਰੀ ਦੇ ਬਾਰੇ ਕੋਈ ਥੋੜ੍ਹਾ ਦੱਸੋ। ਹਾਂਜੀ, ਮੈਂ 2013 'ਚ ਖੇਡਿਆ ਸੀਗਾ ਵਰਲਡ ਕੱਪ ਇੰਡੀਆ 'ਚ, ਅਮੈਰੀਕਾ ਦੇ ਖਿਲਾਫ ਸਾਡਾ ਮੈਚ ਸੀ, ਉੱਥੇ ਮੈਨੂੰ ਇਹ ਟਾਈਟਲ ਹੀ ਮੈਂ ਕਹਿ ਸਕਦਾ, ਬੜੀ ਖੁਸ਼ੀ ਹੁੰਦੀ ਹੈ ਜੀ ਕਿਸੇ ਵੀ ਪਲੇਅਰ ਨੂੰ ਜਦੋਂ ਕਿਸੇ ਇੰਟਰਨੈਸ਼ਨਲ ਈਵੈਂਟ 'ਤੇ ਇੱਦਾਂ ਟਾਈਟਲ ਮਿਲਦਾ ਨਾ, ਅਤੇ ਉਹਦੀ ਬਹੁਤ ਖੁਸ਼ੀ ਹੁੰਦੀ ਆ। ਬਾਕੀ ਅੱਜ ਕੱਲ੍ਹ ਮਾਸ਼ਾਅੱਲਾ ਫੇਸਬੁੱਕ 'ਤੇ ਵੀ ਬੜੇ ਪਲੇਅਰਾਂ ਨੂੰ ਟਾਈਟਲ ਮਿਲੇ ਆ, ਬਿਲਕੁਲ, ਅਤੇ ਹਰ ਬੰਦੇ ਦੀ ਗੇਮ ਦੀ ਮੁਨਾਸਬਤ ਹਿਸਾਬ ਨਾਲ ਉਹਨਾਂ ਨੂੰ ਟਾਈਟਲ ਮਿਲਦਾ ਹੈ। ਬਿਲਕੁਲ, ਅਤੇ ਲੇਕਿਨ ਪੰਜ ਚਾਰ ਪਲੇਅਰ ਐਸੇ ਸੀ ਜਿਨ੍ਹਾਂ ਨੂੰ ਟਾਈਟਲ ਇੰਡੀਆ ਦੇ ਵਿੱਚੋਂ, ਜਿੱਦਾਂ ਭਾਈ ਮੁਸ਼ਰਫ ਆ, ਭਾਈ ਬਾਬਰ ਆ, ਗੁੱਜਰ, ਬਾਬਰ ਗੁੱਜਰ, ਪ੍ਰਿੰਸ ਆਫ ਪਾਕਿਸਤਾਨ, ਦੀਵਾਲ ਆ, ਭਾਈ ਮੁਸ਼ਰਫ ਜੰਜੂ ਆ, ਅਬੈਦੁੱਲਾ ਆ, ਸ਼ੇਰੇ ਪੰਜਾਬ ਦਾ ਉਹਨੂੰ ਮਿਲਿਆ ਸੀ ਟਾਈਟਲ, ਮੈਨੂੰ ਇੱਦਾਂ ਫਲਾਇੰਗ ਆਰਸ ਦਾ, ਅਤੇ ਬਹੁਤ ਖੁਸ਼ੀ ਹੁੰਦੀ ਆ ਭਾਅ ਜੀ। ਇਹ ਘੱਟ ਮਤਲਬ ਪਲੇਅਰਾਂ ਦੇ ਨਸੀਬ 'ਚ ਜਾਂ ਹਿੱਸੇ 'ਚ ਇਹ ਗੱਲ ਆਉਂਦੀ ਹੈ, ਅਤੇ ਅੱਲਾ ਪਾਕ ਦੀ ਰਹਿਮਤ ਆ ਜੀ, ਬਾਕੀ ਬੰਦੇ ਦੀ ਤਾਂ ਔਕਾਤ ਕੋਈ ਨਹੀਂ, ਪਲੇਅਰ ਸਾਡੇ ਤੋਂ ਬਹੁਤ ਬਹੁਤ ਚੰਗੇ ਵੀ ਆ, ਲੇਕਿਨ ਇਹ ਮਾਲਕ ਦੀ ਮੈਂ ਤਾਂ ਰਹਿਮਤ ਸਮਝਦਾ ਜਿਨ੍ਹਾਂ ਨੇ ਬਖਸ਼ਿਆ ਸਾਨੂੰ ਸਾਰਾ ਸਿਲਸਿਲਾ। ਹਾਂਜੀ, ਅੱਛਾ ਤੇ ਭਾਅ ਜੀ, ਤੁਸੀਂ ਆਪਣੀ ਜਿਹੜੀ ਕਬੱਡੀ ਸੀਗੀ, ਆਪਣਾ ਜਿਹੜਾ ਕਬੱਡੀ ਦਾ ਕੈਰੀਅਰ ਸੀ, ਇਹ ਆਪਣੇ ਇੱਕ ਸ਼ੌਕ ਦੀ ਬਿਨਾਂ ਤੋਂ ਸਟਾਰਟ ਕੀਤਾ, ਜਾਂ ਤੁਹਾਡੇ ਕੋਈ ਖਾਨਦਾਨ ਦੇ ਵਿੱਚ ਕੋਈ ਪਹਿਲਾਂ ਵੀ ਕਬੱਡੀ ਖੇਡਦਾ ਸੀ, ਕੋਈ ਪਹਿਲਵਾਨੀ ਕਰਦਾ ਸੀ? ਭਲਵਾਨੀ ਸਾਡੇ ਪਿੰਡ 'ਚ ਬਹੁਤ ਸੀਗੀ ਜੀ, ਕਬੱਡੀ ਖੇਡਦੇ, ਸਾਡੀ ਟੀਮ ਬੜੀ ਵਧੀਆ ਸੀ, ਅਤੇ ਹੈ ਤਾਂ ਸਮਝ ਲਓ ਵੀ ਇਹ ਸਾਨੂੰ ਪਿੱਛੋਂ ਹੀ ਇੱਕ ਚੀਜ਼ ਵਿਰਸਾ ਨਹੀਂ ਜਿੱਦਾਂ ਕਹਿ ਸਕਦੇ, ਸਾਡੇ ਪਿੰਡ ਦਾ ਵੱਡਿਆਂ ਦਾ ਵਿਰਸਾ ਹੀ ਸੀ, ਇਹ ਵਿਰਾਸਤ ਹੀ ਮਿਲ ਗਈ ਸਾਨੂੰ। ਲੇਕਿਨ ਜੇ ਆਪਾਂ ਕਹੀਏ ਕੋਈ ਪ੍ਰੋਪਰ ਮਾਇੰਡ ਮੈਂਟਲੀ ਤੌਰ 'ਤੇ ਮੈਂ ਇਹਦੇ ਲਈ ਸ਼ੁਰੂ ਤੋਂ ਹੀ ਤਿਆਰ ਸੀ, ਉਹ ਗੱਲ ਨਹੀਂ ਹੈਗੀ ਸੀ। ਪਿੰਡਾਂ ਥਾਵਾਂ 'ਤੇ ਖੇਡੀਦਾ ਸੀਗਾ, ਮੈਂ ਫੁੱਟਬਾਲ ਵੀ ਬਹੁਤ ਵਧੀਆ ਖੇਡਦਾ, ਕ੍ਰਿਕਟ ਅੱਛੀ ਖੇਡ ਲੈਂਦਾ ਸੀ, ਅਤੇ ਲੇਕਿਨ ਆਪਾਂ ਸਕੂਲ ਲੈਵਲ 'ਤੇ ਸਾਡੇ ਉਸਤਾਦ, ਮੇਰੇ ਉਸਤਾਦ ਜਿਹੜੇ ਆ ਮੁਜ਼ੱਫਰ ਅਹਿਮਦ ਚੀਮਾ ਸਾਹਿਬ, ਉਹਨਾਂ ਨੇ ਮੈਨੂੰ ਕਬੱਡੀ ਸ਼ੁਰੂ ਕਰਵਾਈ ਸੀ, ਉਹਨਾਂ ਦੇ ਨਾਲ ਸਾਡੇ ਟੀਚਰ ਸੀਗੇ ਅਰਸ਼ਦ ਸਾਹਿਬ, ਅਤੇ ਉਹਨਾਂ ਨੇ ਮੈਨੂੰ ਨਾ ਇਹ ਦੋ ਬੰਦਿਆਂ ਨੇ ਕਬੱਡੀ ਸ਼ੁਰੂ ਕਰਵਾਈ ਸੀ, ਅਤੇ ਬੜੀ ਮਿਹਨਤ ਕਰਵਾਈ ਚੀਮਾ ਸਾਹਿਬ ਨੇ। ਅੱਜ ਅਸੀਂ ਇਸ ਮੁਕਾਮ 'ਤੇ ਅਗਰ ਖੜ੍ਹੇ ਹਾਂ, ਕੁਛ ਹੈਗੇ ਹਾਂ, ਮਾੜੇ ਚੰਗੇ ਜੋ ਵੀ ਹਾਂ, ਅਤੇ ਉਹਨਾਂ ਦੀ ਵਜ੍ਹਾ ਨਾਲ ਹੀ ਹਾਂ। ਅਤੇ ਸਕੂਲ ਲੈਵਲ 'ਤੇ ਸ਼ੁਰੂ ਕਰਤੀ ਸੀ, ਉਸ ਤੋਂ ਬਾਅਦ ਮੈਂ ਪੁਲਿਸ 'ਚ ਭਰਤੀ ਹੋ ਗਿਆ। ਮੈਂ ਕਿਹੜੀ ਏਜ ਤੋਂ ਸਟਾਰਟ ਕੀਤੀ ਸੀ? ਮੈਂ 8ਵੀਂ 'ਚ ਸਾਂ ਜਦੋਂ ਸਟਾਰਟ ਕਰਤੀ ਸੀ। 8ਵੀਂ ਦੀ, ਇਹ ਤਾਂ ਮਤਲਬ ਬਹੁਤ ਛੋਟੀ ਜੀ ਏਜ ਤੋਂ ਸਟਾਰਟ। ਹਾਂਜੀ, ਲਗਭਗ ਤੁਸੀਂ, ਮੇਰਾ ਆਪਣਾ ਇਹ ਜ਼ਾਤੀ ਖਿਆਲ ਆ ਕਿ ਅਗਰ ਤੁਸੀਂ 100 ਪਲੇਅਰ ਨੂੰ ਪੁੱਛਦੇ ਹੋ ਨਾ ਕਬੱਡੀ ਉਹਨੇ ਕਦੋਂ ਸਟਾਰਟ ਕੀਤੀ ਆ, ਅਤੇ ਮੈਨੂੰ ਲੱਗਦਾ ਵੀ ਕੋਈ 90-95 ਪਲੇਅਰ ਐਸੇ ਹੀ ਹੋਣਗੇ ਜਿਨ੍ਹਾਂ ਨੇ ਬਚਪਨ 'ਚ ਹੀ ਸਟਾਰਟ ਕਰਤੀ ਸੀ ਆਪਣੀ ਸਕੂਲ ਲੈਵਲ ਤੋਂ ਹੀ। ਸਹੀ, ਹਾਂਜੀ। ਅਤੇ ਪਹਿਲਾਂ ਜਿਹੜੇ ਆਪਾਂ ਮੈਚ ਖੇਡਦੇ ਰਹੇ ਹਾਂ, ਇਹ ਆਪਾਂ ਸਕੂਲ ਦੀ ਤਰਫੋਂ ਖੇਡਦੇ ਰਹੇ ਕਿ ਵਿਲੇਜ ਦੀ ਤਰਫੋਂ? ਨਹੀਂ, ਆਪਾਂ ਪਿੰਡਾਂ ਵੱਲੋਂ ਵੀ ਖੇਡੇ ਹਾਂ ਜੀ, ਸਕੂਲ ਆਪਣੇ ਵੱਲੋਂ ਵੀ ਖੇਡੇ, ਸਾਡੇ ਸਕੂਲ ਦੀ ਬਹੁਤ ਅੱਛੀ ਟੀਮ ਸੀ, 527 ਗਾਫਬੇ ਦਸੂਹਾ, ਇੱਥੇ ਸਾਡੇ ਲਾਗੇ ਪਿੰਡ ਆ, ਉੱਥੇ ਮੈਚ ਹੁੰਦੇ ਸੀਗੇ ਪਹਿਲੇ। ਹਾਂਜੀ, ਬਹੁਤ ਵਧੀਆ ਟੀਮ ਸੀ ਸਾਡੀ, ਅਤੇ ਪਿੰਡ ਲੈਵਲ 'ਤੇ ਵੀ ਖੇਡਦੇ ਰਹੇ ਹਾਂ ਜੀ, ਆਪਣੇ ਪਿੰਡ ਵੱਲੋਂ ਵੀ ਥੋੜ੍ਹਾ ਬਹੁਤ, ਅਤੇ ਲੇਕਿਨ ਅਲਮੀਆਂ ਇਹੀ ਆ ਕਿ ਜਿੱਦਾਂ ਜਿੱਦਾਂ ਗਾਂਹ ਆਉਂਦੇ ਗਏ ਆ, ਟੀਮਾਂ ਖਤਮ ਹੁੰਦੀਆਂ ਗਈਆਂ। ਅੱਜ ਤੋਂ ਕੋਈ 8-7 ਸਾਲ ਪਿੱਛੇ ਤੁਸੀਂ ਚਲ ਜਾਓ, ਸਾਰੇ ਪਿੰਡਾਂ ਦੀਆਂ ਟੀਮਾਂ ਹੁੰਦੀਆਂ ਸੀ। ਬਿਲਕੁਲ, ਬੜੇ ਬੜੇ ਵਧੀਆ ਮੁੰਡੇ ਖੇਡਦੇ ਹੁੰਦੇ ਸੀ, ਹੁਣ ਪਿੰਡਾਂ ਦੀਆਂ ਟੀਮਾਂ ਨਹੀਂ ਰਹੀਆਂ। ਇਸੇ ਤਰ੍ਹਾਂ ਇਹ ਕਿਉਂ ਨਹੀਂ ਰਹੀਆਂ? ਸਿਰਫ ਕਬੱਡੀ ਤੋਂ ਸਾਡਾ ਧਿਆਨ ਹਟ ਗਿਆ। ਧਿਆਨ ਹਟ ਗਿਆ, ਅਤੇ ਇਹਦਾ ਮਤਲਬ ਆ ਹੁਣ ਅਗਰ ਮਾਸ਼ਾਅੱਲਾ ਵਰਲਡ ਕੱਪ ਸਾਡੇ ਪਾਕਿਸਤਾਨ ਦੇ ਵਿੱਚ ਹੋਇਆ, ਤੇ ਕਬੱਡੀ ਨੂੰ ਫਿਰ ਉਸੇ ਤਰ੍ਹਾਂ ਦਾ ਅਰੂਜ ਮਿਲੇਗਾ? ਹਾਂਜੀ ਬਿਲਕੁਲ, ਅਰੂਜ ਮਿਲੇਗਾ ਜ਼ਰੂਰ, ਲੇਕਿਨ ਉਹਨਾਂ ਨਹੀਂ ਮਿਲ ਸਕਦਾ ਜਿਸ ਤਰ੍ਹਾਂ ਪਹਿਲਾਂ ਸੀ, ਜਿੰਨਾ ਪਹਿਲਾਂ ਸੀਗਾ, ਕਿਉਂ ਪਹਿਲੋਂ ਸਾਡੇ ਬਜ਼ੁਰਗਾਂ ਨੂੰ ਸ਼ੌਕ ਹੀ ਇਹ ਹੁੰਦਾ ਸੀ, ਅਸੀਂ ਆਪਣੇ ਬੇਟੇ ਸਾਹਮਣੇ ਤਗੜੇ ਕਰਨੇ ਆ। ਅੱਜ ਕੱਲ੍ਹ ਕੁਛ ਰੋਜ਼ਗਾਰ ਦੇ ਹਾਲਾਤ ਬੰਦਿਆਂ ਦੇ ਇੱਦਾਂ ਦੇ ਹੋ ਗਏ, ਬਿਲਕੁਲ, ਕਿ ਜਿੰਨੀ ਦੇਰ ਸਾਰੇ ਬੰਦੇ ਘਰ ਦੇ ਵਿੱਚ ਕੰਮ ਨਹੀਂ ਕਰਨਗੇ, ਉਨੀ ਦੇਰ ਘਰ ਦਾ ਸਿਲਸਿਲਾ ਵੀ ਨਹੀਂ, ਬੰਦਿਆਂ ਜ਼ਿਆਦਾਤਰ ਬੰਦਿਆਂ ਦਾ ਨਹੀਂ ਚੱਲਦਾ, ਅਤੇ ਇਹ ਸਾਨੂੰ ਵੀ ਆ ਡਿਪਾਰਟਮੈਂਟ ਨੇ ਜੋਬ ਦਿੱਤੀ ਆ, ਮੈਂ ਅਲਹਮਦੁਲਿਲਾ ਵਾਪਡਾ 'ਚ ਹਾਂ, ਅਤੇ ਸਾਡੇ ਮੋਸਟਲੀ ਮੁੰਡੇ ਜਿਹੜੇ ਤਕਰੀਬਨ 100% ਮੈਂ ਕਹਿ ਸਕਦਾ, ਕੋਈ ਚਾਹੁੰਦੇ ਕੀ ਆ ਜਿਹੜੇ ਡਿਪਾਰਟਮੈਂਟ ਜੁਆਇਨ ਨਹੀਂ ਕੀਤਾ, ਬਾਕੀ ਸਾਰੇ ਮੁੰਡੇ ਜੋਬ ਕਰਦੇ ਆ, ਉਹਨਾਂ ਦਾ ਸ਼ੌਕ ਵੀ ਪੂਰਾ ਹੋ ਰਿਹਾ ਕਬੱਡੀ ਦਾ, ਇਨਕਮ ਵੀ ਇੱਥੋਂ ਆ ਰਹੀ ਆ, ਔਰ ਜੋਬ ਵੀ ਉਹਨਾਂ ਕੋਲ ਸਿਕਿਓਰ ਨੇ ਮਾਸ਼ਾਅੱਲਾ, ਜਿਹਦਾ ਕਰਕੇ ਸਾਰੇ ਖੇਲਣ ਡਏ ਨੇ। ਲੇਕਿਨ ਜਿੱਥੋਂ ਤੱਕ ਪਿੰਡਾਂ ਦੀ ਗੱਲ ਆ, ਅਤੇ ਹਾਲਾਤ ਇਸ ਚੀਜ਼ ਦੀ ਇਜਾਜ਼ਤ ਹੀ ਨਹੀਂ ਦਿੰਦੇ ਬੰਦਿਆਂ ਨੂੰ ਕਿ ਤੁਸੀਂ ਇੰਨਾ ਟਾਈਮ, ਗੇਮ ਲਈ ਟਾਈਮ ਚਾਹੀਦਾ ਬਹੁਤ ਸਾਰਾ, ਬਿਲਕੁਲ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਤੁਹਾਡੀ ਮਸਰੂਫੀਅਤ ਗੇਮ ਗੇਮ ਔਰ ਸਿਰਫ ਗੇਮ ਹੋਣੀ ਚਾਹੀਦੀ ਅਗਰ ਤੁਸੀਂ ਖੇਲਣਾ ਤਾਂ।
ਤੇ ਲੇਕਿਨ ਅੱਜ ਕੱਲ੍ਹ ਹਾਲਾਤ ਬੰਦਿਆਂ ਨੂੰ ਇਸ ਚੀਜ਼ ਦੀ ਇਜਾਜ਼ਤ ਹੀ ਨਹੀਂ ਦੇਣ ਡਿਆ ਕਿ ਉਹ ਇੰਨਾ ਟਾਈਮ ਦੇ ਸਕਣ। ਬਿਲਕੁਲ ਲੇਕਿਨ ਮੈਂ ਇਹ ਕਹਿਣਾ ਚਾਹ ਰਿਹਾ ਕਿ ਇਹ ਇਹਨਾਂ ਹਾਲਾਤਾਂ ਨੇ ਬੜੇ ਬੜੇ ਹੀਰੇ ਜਿਹੜੇ ਆ ਨਾ ਉਹ ਰੋਲ ਰੋਲ ਦਿੱਤੇ, ਦਿੱਤੇ ਮਜਬੂਰੀਆਂ ਨੇ ਬੜੇ ਬੜੇ ਪਲੇਅਰ ਵੇਸਟ ਕਰਤੇ, ਬੜੇ ਬੜੇ ਚੰਗੇ ਪਲੇਅਰ ਸੀ ਜਿਨ੍ਹਾਂ ਨੂੰ ਰੋਜ਼ਗਾਰ ਦੀਆਂ ਮਜਬੂਰੀਆਂ ਜਿਹੜੀਆਂ ਉਹਦੀ ਵਜ੍ਹਾ ਤੋਂ ਕਬੱਡੀ ਨੂੰ ਛੱਡਣਾ ਪੈ ਗਿਆ। ਬਿਲਕੁਲ। ਅੱਛਾ ਅਤੇ ਭਾਅ ਜੀ ਤੁਸੀਂ ਮੈਨੂੰ ਇਹ ਦੱਸੋ ਕਿ ਜਦੋਂ ਤੁਸੀਂ ਸਕੂਲ ਲੈਵਲ 'ਤੇ ਕਬੱਡੀ ਖੇਡਦੇ ਸੀਗੇ, ਕੋਈ ਆਪਾਂ ਕੋਈ ਡਿਸਟ੍ਰਿਕਟ ਲੈਵਲ ਦੇ ਉੱਤੇ ਵੱਡੇ ਵੱਡੇ ਮੈਚਾਂ ਦੇ ਵਿੱਚ ਈਵੈਂਟ 'ਤੇ ਗਏ ਆਪਣੇ ਸਕੂਲ ਦੀ ਟੀਮ ਨੂੰ ਅੱਗੇ ਲੈ ਕੇ? ਨਹੀਂ, ਮੈਂ ਵੇਖੋ 8ਵੀਂ 'ਚ ਸਟਾਰਟ ਕੀਤਾ ਸੀ, ਜੀ ਜੀ 10ਵੀਂ ਤੱਕ ਸਾਡਾ ਸਕੂਲ ਸੀਗਾ, ਮੈਂ ਦਸੂਹੇ ਖੇਡਿਆ ਆਪਣਾ। ਉਸ ਤੋਂ ਬਾਅਦ ਅਸੀਂ ਗਏ ਸੀਗੇ ਖਾਨੂਵਾਣੇ ਮੈਚ 'ਤੇ, ਉੱਥੋਂ ਤੱਕ ਹੀ ਮੈਂ ਤਾਂ ਖੇਡਿਆ। ਮੈਂ ਐਵੇਂ ਝੂਠ ਬੋਲਾਂ, ਸਹੀ, ਮੈਂ ਕਿਸੇ ਕਾਲਜ ਵੱਲੋਂ ਨਹੀਂ ਕਬੱਡੀ ਖੇਡਿਆ, ਕਿਸੇ ਯੂਨੀਵਰਸਿਟੀ ਵੱਲੋਂ ਨਹੀਂ ਕਬੱਡੀ ਖੇਡਿਆ। ਮੈਂ FA ਪਾਸ ਕੀਤਾ ਆ, ਮੇਰਾ ਹਾਲੇ ਰਿਜ਼ਲਟ ਨਹੀਂ ਆਇਆ ਤਾਂ ਮੈਂ ਪੁਲਿਸ 'ਚ ਭਰਤੀ ਹੋ ਗਿਆ ਸੀ। ਲੇਕਿਨ ਮੈਨੂੰ ਮਤਲਬ ਮੌਕਾ ਹੀ ਕਹਿ ਸਕਦੇ ਹਾਂ ਆਪਾਂ ਕਿ ਕਾਲਜ ਵੱਲੋਂ, ਕਿਸੇ ਕਾਲਜ ਵੱਲੋਂ ਨਹੀਂ ਮੈਂ ਖੇਡਿਆ, ਕਿਸੇ ਯੂਨੀਵਰਸਿਟੀ ਵੱਲੋਂ ਮੈਂ ਨਹੀਂ ਖੇਡਿਆ। ਮੈਂ ਸਕੂਲ 'ਚੋਂ ਨਿਕਲਿਆ, ਸਿੱਧਾ ਜਾ ਕੇ ਪੁਲਿਸ 'ਚ ਖੇਡਿਆ। ਅੱਛਾ, ਹੁਣ ਮੈਂ ਇੱਥੇ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਵਾਂ ਕਿ ਤੁਸੀਂ ਕਬੱਡੀ ਦੀ ਵਜ੍ਹਾ ਤੋਂ ਪੁਲਿਸ ਵਿੱਚ ਹੋਏ ਸੀ ਨਹੀਂ ਨਹੀਂ ਜਾਂ ਪੁਲਿਸ ਦੇ ਵਿੱਚ ਹੋ ਕੇ ਕਬੱਡੀ ਸਟਾਰਟ ਕੀਤੀ? ਮੈਂ ਮੈਂ ਦੱਸ ਰਿਹਾ, ਮੈਂ ਕਬੱਡੀ ਦੀ ਵਜ੍ਹਾ ਨਾਲ ਮੈਂ ਕਿਤੇ ਵੀ ਨਹੀਂ ਹੋਇਆ, ਸਿਰਫ ਵਾਪਡਾ 'ਚ ਮੈਂ ਕਬੱਡੀ ਦਾ ਕਰਕੇ ਆਇਆ। ਸਹੀ। ਮੈਂ ਭਰਤੀ ਆਈ ਸੀ ਪੁਲਿਸ ਦੀ, ਇੱਦਾਂ ਹੀ ਬਸ ਐਪਲੀਕੇਸ਼ਨ ਦੇ ਦਿੱਤੀ, ਕੁਛ ਦੋਸਤਾਂ ਦੇ ਨਾਲ ਮਿਲ ਕੇ ਅਸੀਂ ਭਰਤੀ ਹੋ ਗਏ। ਉਹ ਕੁਦਰਤੀ ਮੇਰੇ ਨਸੀਬ 'ਚ ਸੀ ਜੋਬ, ਜਿਹੜੇ ਮੇਰੇ ਦੋਸਤਾਂ ਦੇ ਨਾਲ ਮੈਂ ਰਲ ਕੇ ਐਪਲੀਕੇਸ਼ਨ ਦਿੱਤੀ ਸੀ, ਉਹ ਭਰਤੀ ਨਹੀਂ ਹੋਏ ਤੇ ਤੁਸੀਂ ਹੋ ਗਏ। ਮੈਂ ਹੋ ਗਿਆ, ਨਸੀਬ ਦੀ ਬਾਤ ਹੈ ਨਾ, ਮੇਰੇ ਸੀ ਉਹ ਰਿਜ਼ਕ ਮੁਕੱਦਰ ਦੇ ਵਿੱਚ, ਮੈਂ ਭਰਤੀ ਹੋ ਗਿਆ। ਅਤੇ ਬਸ ਉੱਥੇ ਸਾਡੇ ਫੈਸਲਾਬਾਦ ਦੀ ਟੀਮ ਸੀਗੀ ਕਬੱਡੀ ਦੀ, ਉਹਨਾਂ ਨੂੰ ਉੱਥੇ ਖੇਡਦਿਆਂ ਵੇਖਿਆ ਤਾਂ ਉਹਨਾਂ ਨੂੰ ਰਿਕੁਐਸਟ ਕੀਤੀ, ਯਾਰ ਮੈਨੂੰ ਵਿੱਚ ਐਡ ਕਰੋ। ਉਹਨੇ ਕਿਹਾ ਤੁਸੀਂ ਟ੍ਰਾਇਲ ਦਿਓ, ਅਸੀਂ ਟ੍ਰਾਇਲ ਦਿੱਤੇ, ਅਲਹਮਦੁਲਿਲਾ ਮੇਰੇ ਕਲੀਅਰ ਹੋ ਗਏ। ਅਤੇ ਫਿਰ ਕੁਛ ਦੋਸਤ ਜਿਹੜੇ ਸੀਨੀਅਰ ਸੀਗੇ ਪੁਲਿਸ ਦੇ ਵਿੱਚ, ਉਹਨਾਂ ਨੇ ਬਹੁਤ ਸਾਥ ਦਿੱਤਾ, ਮੈਂ ਉਹਨਾਂ ਨੂੰ ਵੀ ਕਦੇ ਵੀ ਨਹੀਂ ਭੁੱਲ ਸਕਦਾ। ਬਿਲਕੁਲ। ਨਾ ਲੈਣਾ ਮੈਂ ਇੱਥੇ ਨਹੀਂ ਮੁਨਾਸਬ ਸਮਝਦਾ, ਅਤੇ ਮੈਂ ਉਹਨਾਂ ਨੂੰ ਵੀ ਕਦੇ ਨਹੀਂ ਭੁੱਲ ਸਕਦਾ, ਉਹਨਾਂ ਦੀ ਵੀ ਬੜੀ ਵੱਡੀ ਦੇਣ ਹੈ ਮੇਰੀ ਕਬੱਡੀ ਨੂੰ, ਜਿਨ੍ਹਾਂ ਨੇ ਮੈਨੂੰ ਹੌਸਲਾ ਦਿੱਤਾ, ਅਤੇ ਬਹੁਤ ਕੁਛ ਮੈਂ ਸਿੱਖਿਆ ਵੀ ਉਹਨਾਂ ਕੋਲੋਂ। ਅਤੇ ਬਸ ਉੱਥੋਂ ਫਿਰ ਹੌਲੀ ਹੌਲੀ ਅਸੀਂ, ਮੈਂ 2010 ਦੇ ਵਿੱਚ ਨੈਸ਼ਨਲ ਖੇਡੀ ਸੀ, ਗੋਲਡ ਕੱਪ ਖੇਡਿਆ ਸੀਗਾ, ਬੇਨਜ਼ੀਰ ਗੋਲਡ ਕੱਪ। ਸਹੀ। ਅਤੇ ਮੈਂ ਵਧੀਆ ਖੇਡ ਗਿਆ ਜੀ, ਫਿਰ ਥੋੜ੍ਹੀ ਬਹੁਤੀ ਜਗ੍ਹਾ ਬਣਦੀ ਬਣਦੀ ਬਣਦੀ, ਫਿਰ ਉਹਨਾਂ ਨੇ ਪਾਕਿਸਤਾਨ ਲੈਵਲ ਤੱਕ ਪਹੁੰਚਾ ਦਿੱਤਾ। ਮਾਲਕ ਦੀ ਮਿਹਰਬਾਨੀ ਹੈ ਜੀ, ਬਾਕੀ ਮਿਹਨਤ ਤਾਂ ਸਾਰੇ ਕਰਦੇ ਆ, ਮੈਂ ਸਮਝਦਾ ਕਿ ਅੱਲਾ ਪਾਕ ਦੀ ਇਹ ਅਤਾ ਆ, ਮਿਹਨਤ ਤਾਂ ਬਹੁਤ ਬੰਦੇ ਸਾਡੇ ਤੋਂ ਵੱਧ ਵੀ ਕਰਦੇ ਆ, ਸਾਡੇ ਤੋਂ ਪਲੇਅਰ ਵੀ ਕਈ ਚੰਗੇ ਹੈਗੇ ਆ, ਬਸ ਮਾਲਕ ਦੀ ਰਹਿਮਤ ਆ ਜੀ ਅੱਜ ਪਾਕਿਸਤਾਨ ਟੀਮ 'ਚ। ਬਿਲਕੁਲ। ਅਤੇ ਮੈਨੂੰ ਦੱਸੋ ਕਿ ਜਿਹੜਾ ਪਹਿਲਾਂ ਤੁਹਾਡੇ ਕੋਚ ਸੀਗੇ ਉਹ ਕਿਹੜੇ ਸੀਗੇ? ਮੈਂ ਦੱਸ ਰਿਹਾ ਜੀ, ਮੇਰੇ ਪਹਿਲੇ ਕੋਚ ਮੇਰੇ ਉਸਤਾਦ ਮੁਜ਼ੱਫਰ ਅਹਿਮਦ ਚੀਮਾ ਸਾਹਿਬ ਹੀ ਨੇ, ਮਾਸ਼ਾਅੱਲਾ ਹਯਾਤ ਨੇ, ਲੇਕਿਨ ਸਿਆਣੇ ਹੋ ਗਏ ਹੁਣ ਕਾਫੀ। ਅੱਜ ਵੀ ਅਗਰ ਮੈਨੂੰ ਕੋਈ ਪ੍ਰੋਬਲਮ ਬਣਦੀ ਹੈ, ਪਿੱਛੇ 2 ਸਾਲ ਦਾ ਮੇਰਾ ਗੈਪ ਰਿਹਾ, ਮੈਂ ਦੱਸ ਰਿਹਾ, ਮੈਂ ਬਹੁਤ ਔਖਾ ਕਬੱਡੀ 'ਚ ਵਾਪਸ ਆਇਆ, ਕਿਉਂਕਿ ਇੱਥੇ ਤਾਂ ਮਾਸ਼ਾਅੱਲਾ ਜਿੰਨੀ ਕਬੱਡੀ ਹੁਣ ਫਾਸਟ ਆ, ਮਹੀਨੇ ਦਾ ਵੀ ਗੈਪ ਪੈ ਜਾਏ ਤਾਂ ਔਖਾ ਹੋ ਜਾਂਦਾ। ਮੇਰਾ ਇੱਕ ਵਾਰੀ ਬਿਲਕੁਲ ਕਬੱਡੀ ਨਾਲੋਂ ਰਾਬਤਾ ਖਤਮ ਹੋ ਗਿਆ, ਸੱਟ ਲੱਗਣ ਕਰਕੇ। ਅਤੇ ਮਤਲਬ ਮੈਂ ਜੇ ਖੇਡਿਆ ਵੀ ਹਾਂ ਕਿਤੇ ਮਜਬੂਰੀ ਦੀ ਵਜ੍ਹਾ ਤੋਂ ਕੁਛ ਦੋਸਤਾਂ ਦੀ ਫਰਮਾਇਸ਼ ਕਰਕੇ, ਤਾਂ ਮੈਂ ਚੰਗਾ ਨਹੀਂ ਖੇਡਿਆ, ਮਾੜਾ ਹੀ ਖੇਡਿਆ ਲਗਭਗ। ਅਤੇ ਫਿਰ ਉਹ ਕੁਛ ਦੋਸਤਾਂ ਦੇ ਕਮੈਂਟ ਵੀ ਆਉਂਦੇ ਸੀਗੇ ਵੀ ਯਾਰ ਖਤਮ ਹੋ ਗਿਆ, ਮੁੱਕ ਗਿਆ, ਅਤੇ ਮੈਨੂੰ ਬੁਰਾ ਨਹੀਂ ਲੱਗਦਾ ਸੀ, ਕਿਉਂਕਿ ਮੇਰੀ ਪਰਫੋਰਮੈਂਸ ਨਹੀਂ ਅੱਛੀ ਸੀ, ਮੇਰੀ ਪਰਫੋਰਮੈਂਸ ਨਹੀਂ ਸੀ। ਜਦੋਂ ਮੈਂ ਨਹੀਂ ਪਰਫੋਰਮ ਕਰ ਰਿਹਾ ਸੀ ਤਾਂ ਜ਼ਾਹਰ ਆ ਦੋਸਤ ਕਹਿਣਗੇ ਹੀ, ਬਿਲਕੁਲ, ਅਤੇ ਸਾਰੇ ਬੰਦੇ ਪਿਆਰ ਕਰਨ ਵਾਲੇ ਵੀ ਨਹੀਂ ਹੁੰਦੇ, ਅਤੇ ਸਾਰੇ ਨਫ਼ਰਤ ਕਰਨ ਵਾਲੇ ਵੀ ਨਹੀਂ ਹੁੰਦੇ। ਅਤੇ ਥੈਂਕ ਯੂ ਜਿਨ੍ਹਾਂ ਨੇ ਪਿਆਰ ਕੀਤਾ, ਉਹਨਾਂ ਦੇ ਹੌਸਲੇ ਦੀ ਵਜ੍ਹਾ ਤੋਂ ਆਪਾਂ ਦੁਬਾਰਾ ਸੈੱਟ ਹੋਏ, ਅਤੇ ਉਹਨਾਂ ਦਾ ਵੀ ਥੈਂਕ ਯੂ ਜਿਹੜੇ ਹੇਟ ਕਰਦੇ ਆ, ਕਿਉਂਕਿ ਉਹਨਾਂ ਨੇ ਥੋੜ੍ਹਾ ਜਿਹਾ, ਉਹਨਾਂ ਨੇ ਵੀ ਹਿੰਮਤ ਹੀ ਵਧਾਈ, ਹਿੰਮਤ ਹੀ ਵਧਾਈ ਕਿ ਇਹਨਾਂ ਨੂੰ, ਇਹਨਾਂ ਦੀ ਹੇਟ ਨੂੰ ਨਫ਼ਰਤ ਨੂੰ ਪਿਆਰ 'ਚ ਬਦਲਣਾ, ਇਨਸ਼ਾਅੱਲਾ ਬਦਲਣਾ, ਇਨਸ਼ਾਅੱਲਾ। ਅਤੇ ਕੋਸ਼ਿਸ਼ ਕੀਤੀ, ਕਰਦੇ ਰਹੇ ਹਾਂ ਨਿੱਕੀ ਮੋਟੀ ਜਿੰਨੀ ਵੀ ਕਰ ਸਕਦੇ ਸੀ ਆਪਾਂ। ਅਤੇ ਮੈਂ ਜਦੋਂ ਵੀ ਲਾ ਲਓ ਵੀ ਡਿੱਗਿਆ ਨਾ, ਅਤੇ ਉਸਤਾਦ ਹੀ ਮੇਰੇ ਮੇਰੇ ਕੋਲ ਖੜ੍ਹੇ ਸੀਗੇ ਵੀ ਕੋਈ ਗੱਲ ਨਹੀਂ ਬੇਟਾ, ਹੌਸਲਾ ਵਧਾਇਆ ਉਹਨਾਂ ਨੇ, ਜੋ ਉਹਨਾਂ ਦੇ ਕੋਲੋਂ ਮੈਂ ਸਿੱਖਿਆ ਆ, ਮੈਂ ਸਮਝਦਾ ਕਿ ਕਬੱਡੀ 'ਚ ਅੱਜ ਵਾਪਸ ਆ ਰਿਹਾ ਸਹੀ ਇਸ ਜਦੀਦ ਦੌਰ ਦੇ ਵਿੱਚ। 2000 ਕਿੱਥੋਂ ਅਸੀਂ 8ਵੀਂ 9ਵੀਂ 10ਵੀਂ 'ਚ ਸਿੱਖਿਆ, ਅਤੇ ਅੱਜ ਵੀ ਉਹ ਕਬੱਡੀ ਦੇ ਵਿੱਚ ਟੈਕਨੀਕਾਂ ਚੱਲਣ ਡੀਆਂ। ਬਿਲਕੁਲ। ਹਾਂਜੀ। ਅਤੇ ਮੈਨੂੰ ਦੱਸੋ ਕਿ ਇਸ ਵਕਤ ਤੁਸੀਂ ਕਿਹੜੇ ਕਲੱਬ ਵੱਲੋਂ ਖੇਡ ਰਹੇ ਜੀ? ਮੇਰਾ ਜੀ ਰੋਇਲ ਕਿੰਗ USA ਕਲੱਬ ਵੱਲੋਂ ਖੇਡਦਾ ਮੈਂ, ਉਹਨਾਂ ਦੇ ਓਨਰ ਨੇ ਭਾਈ ਆਤਫ ਯਕੂਬ ਚੀਮਾ ਸਾਹਿਬ ਬੈਲਜੀਅਮ ਤੋਂ, ਭਾਈ ਤਾਹਰ ਗੁਰਾਇਆ ਕੈਨੇਡਾ ਤੋਂ, ਅਤੇ ਇਮਰਾਨ ਚੌਧਰੀ ਸਾਰੇ ਜਾਣਦੇ ਹੀ ਨੇ ਅਮੈਰੀਕਾ ਤੋਂ, ਸਾਡੇ ਭਰਾ ਇਹ ਸਾਡੇ ਓਨਰ ਨੇ, ਅਤੇ ਰੋਇਲ ਕਿੰਗ USA ਵੱਲੋਂ ਅਸੀਂ ਖੇਡਦੇ ਹਾਂ। ਸਹੀ। ਅਤੇ ਇਸ ਤੋਂ ਇਲਾਵਾ ਆਪਣੇ ਕੋਈ ਪਿੰਡ ਦਾ ਵੀ ਕਲੱਬ ਬਣਾਇਆ ਕਿ?
ਮੈਂ ਦੱਸ ਰਿਹਾ ਵੀਰੇ, ਅੱਗੇ ਪਿੰਡਾਂ ਦੇ ਕਲੱਬ ਤਾਂ ਮੁੱਕ ਮੁੱਕ ਗਏ, ਕੋਈ ਦੋ ਸਹੀ। ਚਾਰ ਪਿੰਡਾਂ ਦੀਆਂ ਮੇਰਾ ਖਿਆਲ ਆ ਪੰਜਾਬ 'ਚ ਟੀਮਾਂ ਹੋਣਗੀਆਂ ਜਿਨ੍ਹਾਂ ਦੀਆਂ ਪ੍ਰੋਪਰ ਟੀਮਾਂ ਪੂਰੀਆਂ ਪੂਰੀਆਂ ਬਣ ਜਾਂਦੀਆਂ। ਮੈਨੂੰ ਨਹੀਂ ਲੱਗਦਾ ਹੋਰ ਇੰਨਿਆਂ ਤੋਂ ਵੱਧ ਕੋਈ ਟੀਮਾਂ ਪੰਜਾਬ 'ਚ ਬਣ ਜਾਂਦੀਆਂ। ਪਿੰਡਾਂ ਦੀਆਂ ਟੀਮਾਂ ਤਾਂ ਮੁੱਕ ਗਈਆਂ, ਇੱਕਾ ਤੇ ਦੁੱਕਾ ਮੁੰਡੇ ਆ, ਦੋ ਹੋਣਗੇ ਕਿਸੇ ਦੇ, ਤਿੰਨ ਹੋਣਗੇ ਜ਼ਿਆਦਾ ਤੋਂ ਜ਼ਿਆਦਾ, ਬਿਲਕੁਲ ਚਾਰ ਹੋਣਗੇ। ਕੋਈ ਦੋ ਤਿੰਨ ਚਾਰ ਟੀਮਾਂ ਐਸੀਆਂ ਜਿਹੜੀਆਂ ਅਜੇ ਵੀ ਪਿੰਡ ਦੀਆਂ ਬਣ ਜਾਂਦੀਆਂ, ਬਿਲਕੁਲ। ਅਤੇ ਬਾਕੀ ਪਿੰਡਾਂ ਦੀ ਕਬੱਡੀ ਹੁਣ ਥੋੜ੍ਹੀ ਜਿਹੀ ਘੱਟ ਗਈ। ਘੱਟ ਗਈ ਅਤੇ ਆਪਾਂ ਕੋਈ ਅੱਗੇ ਵੀ ਮਾਸ਼ਾਅੱਲਾ ਲੜਕੇ ਤਿਆਰ ਕਰ ਰਹੇ ਹਾਂ। ਹਾਂਜੀ ਮਾਸ਼ਾਅੱਲਾ ਜੀ, ਮੇਰੇ ਪਿੰਡੋਂ ਦੋ ਤਿੰਨ ਮੁੰਡੇ ਹੈਗੇ ਆ, ਥੋੜ੍ਹਾ ਜਿਹਾ ਟਾਈਮ ਹੋਇਆ ਉਹਨਾਂ ਨੂੰ ਖੇਲਦਿਆਂ ਨੂੰ। ਸਹੀ। ਅਤੇ ਮੇਰੇ ਕੋਲ ਨਾ ਬੇਸਿਕਲੀ ਫਾਲਟ ਇਹ ਹੀ ਸੀਗਾ ਕਿ ਮੇਰੇ ਕੋਲ ਪਿੰਡ ਮੁੰਡੇ ਟ੍ਰੇਨਿੰਗ ਕਰਨ ਨੂੰ ਹੈ ਨਹੀਂ ਸੀਗੇ ਪਹਿਲੇ, ਜੀ ਜੀ, ਜਿਨ੍ਹਾਂ ਦਿਨਾਂ 'ਚ ਮੈਂ ਥੋੜ੍ਹਾ ਡਾਊਨ ਗਿਆ। ਡਾਊਨ ਗਿਆ ਹੁਣ ਮੇਰੇ ਕੋਲ ਨਾਲ ਮਾਸ਼ਾਅੱਲਾ। ਸਾਥ ਨਹੀਂ। ਹਾਂਜੀ ਟ੍ਰੇਨਿੰਗ ਕਰਨ ਲਈ ਬੱਚੇ, ਵੇਖੋ ਤੁਸੀਂ ਕੋਈ ਵੀ ਗੇਮ ਕਰਦੇ ਆ ਨਾ, ਜਿੰਨੀ ਦੇਰ ਤੁਸੀਂ ਉਹਨੂੰ ਪ੍ਰੈਕਟੀਕਲ ਨਹੀਂ ਨਾ ਕਰੋਗੇ ਉਨੀ ਦੇਰ ਤੁਸੀਂ ਸੈੱਟ ਨਹੀਂ ਹੋਵੋਗੇ। ਸੈੱਟ ਨਹੀਂ ਹੋਵੋਗੇ। ਕਬੱਡੀ ਤੁਸੀਂ ਖੇਲੋਗੇ ਨਾ, ਤੁਹਾਡੀ ਵਾਪਸੀ ਤਦ ਹੀ ਹੋਣੀ ਆ ਜੇ ਤੁਸੀਂ ਉਹ ਟੈਕਨੀਕਾਂ ਜਿਹੜੀਆਂ ਤੁਸੀਂ ਪਹਿਲੇ ਕਰਦੇ ਰਹੇ ਆ ਉਹਨਾਂ ਨੂੰ ਕਰੋਗੇ ਤਾਂ ਫਿਰ ਹੀ ਤੁਹਾਨੂੰ ਦੁਬਾਰਾ ਉਹ ਸਾਰਾ ਰਿਵੀਜ਼ਨ ਹੋਊਗੀ ਕਿ ਮੈਂ ਆਹ ਕਰਦਾ ਰਿਹਾ, ਮੈਂ ਇੰਝ ਕਰਦਾ। ਠੀਕ ਆ, ਅਤੇ ਉਹ ਹੁਣ ਬੱਚੇ ਮਾਸ਼ਾਅੱਲਾ 5-6 ਹੈਗੇ ਆ, ਉਹਨਾਂ ਦੇ ਵਿੱਚੋਂ ਦੋ ਤਿੰਨ ਬਹੁਤ ਚੰਗੇ, ਇਨਸ਼ਾਅੱਲਾ ਆਉਣ ਵਾਲੇ ਸਾਲ ਡੇਢ ਦੋ ਦੇ ਵਿੱਚ ਵਿੱਚ ਇਨਸ਼ਾਅੱਲਾ ਅਸੀਂ ਦੇਵਾਂਗੇ ਪਾਕਿਸਤਾਨ ਨੂੰ, ਅੱਲਾਹ ਦੇ ਹੁਕਮ ਨਾਲ। ਅੱਲਾਹ ਦੇ ਹੁਕਮ ਨਾਲ ਮਾਸ਼ਾਅੱਲਾ। ਕਿਉਂ ਉਹਨਾਂ ਦੀ ਥੋੜ੍ਹੀ ਜਿਹੀ ਤਵੱਜੋ ਕਾਫੀ ਆ ਇਸ ਬੰਨੇ, ਲੇਕਿਨ ਜ਼ਿਆਦਾਤਰ ਤਾਂ ਬੱਚੇ ਟ੍ਰੇਨਿੰਗ ਹੀ ਇੰਨੀ ਹੁੰਦੀ ਆ, ਟਫ ਹੁੰਦੀ ਆ ਕਬੱਡੀ, ਕੋਈ ਸੌਖੀ ਗੇਮ ਨਹੀਂ, ਬੋਡੀ ਟੱਚ ਗੇਮ ਹੈ, ਥੋੜ੍ਹੀ ਜਿਹੀ ਦੂਸਰੀ ਸਪੋਰਟਸ ਦੀ ਨਿਸਬਤ ਮੁਸ਼ਕਲ ਆ। ਬਿਲਕੁਲ। ਅਤੇ ਕੁਛ ਬੱਚੇ ਦੇ ਵਿੱਚ ਵੈਸੇ ਹੀ ਛੱਡ ਛੁੱਟ ਜਾਂਦੇ ਆ, ਲੇਕਿਨ ਉਹ ਮਾਸ਼ਾਅੱਲਾ ਦੋ ਤਿੰਨਾਂ ਦੀ ਦਿਲਚਸਪੀ ਬਹੁਤ ਅੱਛੀ ਆ, ਅਤੇ ਘਰੋਂ ਵੀ ਉਹਨਾਂ ਨੂੰ ਸਪੋਰਟ ਪੂਰੀ ਆ, ਤਾਂ ਆਪਾਂ ਵੀ ਜਿੰਨੀ ਜੋਗੇ ਹੈਗੇ ਹਾਂ ਆਪਾਂ ਉਹਨਾਂ ਦੇ ਨਾਲ ਇਨਸ਼ਾਅੱਲਾ ਖੜ੍ਹੇ, ਬਿਲਕੁਲ ਹਰ ਤਰ੍ਹਾਂ ਦੀ ਸਪੋਰਟ ਉਹਨਾਂ ਨੂੰ ਕਰਾਂਗੇ ਅਗਰ ਉਹ ਖੇਡਦੇ ਰਹੇ ਤਾਂ। ਇਨਸ਼ਾਅੱਲਾ ਮੈਨੂੰ ਅੱਛੀਆਂ ਉਮੀਦਾਂ ਆ ਉਹਨਾਂ ਤੋਂ, ਅੱਲਾ ਖੈਰ ਕਰੇਗਾ। ਅਤੇ ਤੁਸੀਂ ਆਪਣੇ ਇੰਨੇ ਕੈਰੀਅਰ ਦੇ ਵਿੱਚ ਜਦੋਂ ਪ੍ਰੈਕਟਿਸ ਵਗੈਰਾ ਕਰਦੇ ਸੀ ਕਿਤੇ ਬਾਹਰ ਅੰਦਰ ਮੈਚ ਦੇ ਉੱਤੇ ਜਾਂਦੇ ਸੀ, ਜੀ ਜੀ, ਕੋਈ ਐਸਾ ਵਕਤ ਵੀ ਆਇਆ ਹੋਗਾ ਬਹੁਤ ਅੱਛਾ ਪਰਫਾਰਮ ਕੀਤਾ, ਕੋਈ ਐਸਾ ਵਕਤ ਵੀ ਆਇਆ ਹੋਗਾ ਬਹੁਤ ਅੱਛਾ ਪਰਫਾਰਮ ਨਹੀਂ ਕੀਤਾ? ਜੀ ਬਿਲਕੁਲ। ਅਤੇ ਆਪਣੇ ਉਸਤਾਦ ਦਾ ਉੱਥੇ ਰਿਐਕਸ਼ਨ ਤੁਹਾਡੇ ਦਾ ਕੀ ਹੁੰਦਾ ਸੀ, ਕਿਸ ਤਰ੍ਹਾਂ ਤੁਹਾਡਾ? ਮੇਰੇ ਉਸਤਾਦ ਮੇਰੇ ਨਾਲ ਕਦੇ ਮੈਚ 'ਤੇ ਨਹੀਂ ਗਏ। ਸਹੀ। ਹਾਂਜੀ। ਅਤੇ ਵਾਪਸ ਆ ਕੇ ਜ਼ਿੰਦਗੀ 'ਚ, ਪੂਰੀ ਜ਼ਿੰਦਗੀ 'ਚ ਇੱਕ ਵੀ ਮੈਚ 'ਤੇ ਮੇਰੇ ਉਸਤਾਦ ਅੱਜ ਤੱਕ ਮੇਰੇ ਨਾਲ ਨਹੀਂ ਗਏ। ਸਹੀ। ਔਰ ਜ਼ਿਆਦਾਤਰ ਲੋਕਾਂ ਨੂੰ ਪਤਾ ਵੀ ਨਹੀਂ ਗਾ ਉਹਨਾਂ ਦੇ ਬਾਰੇ। ਸਹੀ। ਕਿ ਮੇਰੇ ਜੈਨੂਇਨ ਕਿਹੜੇ ਉਸਤਾਦ, ਮੇਰੇ ਉਸਤਾਦ ਜਿਹੜੇ ਮੈਂ ਦੱਸਿਆ ਮੁਜ਼ਫਰ ਅਹਿਮਦ ਚੀਮਾ ਸਾਹਿਬ ਇਹ ਨੇ, ਅਤੇ ਉਹਨਾਂ ਨੂੰ ਕੋਈ ਹਵਸ ਨਹੀਂ ਹੈਗੀ, ਕੋਈ ਲਾਲਚ ਨਹੀਂ ਹੈਗੀ। ਮੈਂ ਮਾਜ਼ਰਤ ਦੇ ਨਾਲ ਮੈਂ ਕਹਿਣਾ ਚਾਹ ਰਿਹਾ ਕਿ ਅੱਜ ਹਰ ਪਲੇਅਰ ਦੇ ਨਾਲ ਇੱਕ ਕੋਚ ਆ, ਇਸੇ ਤਰ੍ਹਾਂ ਹੀ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਹਰ ਪਲੇਅਰ ਦੇ ਨਾਲ ਇੱਕ ਕੋਚ ਆ। ਔਰ ਮੋਸਟਲੀ ਇੱਦਾਂ ਦੇ ਬੰਦੇ ਜਿਨ੍ਹਾਂ ਨੂੰ ਕਬੱਡੀ ਦਾ ਪਤਾ ਹੀ ਨਹੀਂ, ਇਸੇ ਤਰ੍ਹਾਂ ਸਾਡੇ ਪਲੇਅਰਾਂ ਦਾ ਗਰੁੱਪਿਜ਼ਮ ਨਹੀਂ ਹੈਗਾ, ਸਾਡੇ ਪਲੇਅਰਾਂ ਦਾ ਗਰੁੱਪਿਜ਼ਮ ਘੱਟ ਆ, ਸਾਡੇ ਜਿਹੜੇ ਉਤਲੇ ਕੋਚ ਆ ਨਾ ਜਿਨ੍ਹਾਂ ਨੇ ਪੈਸੇ ਲੈਣੇ ਆ ਉਹਨਾਂ ਦਾ ਗਰੁੱਪਿਜ਼ਮ ਜ਼ਿਆਦਾ ਹੈ, ਮੋਸਟਲੀ ਇੱਦਾਂ ਦੇ ਆ, ਮੈਂ ਨਹੀਂ ਜ਼ਿਕਰ ਕਰ ਸਕਦਾ। ਬਿਲਕੁਲ। ਅਤੇ ਮੈਂ ਉਹਨਾਂ ਨੂੰ ਵੀ ਇਹ ਰਿਕੁਐਸਟ ਕਰਦਾ ਯਾਰ, ਖੇਡੋ ਕਬੱਡੀ, ਖੇਡੋ ਸਿਰਫ ਕਬੱਡੀ, ਛੱਡੋ ਪਰਾਂ ਸਿਆਸਤਾਂ ਦੇ ਵਿੱਚ ਕੱਖ ਨਹੀਂ ਰੱਖਿਆ, ਸਿਆਸਤਾਂ ਨੇ ਨਾ ਪਲੇਅਰਾਂ ਦਾ ਬੇੜਾ ਗਰਕ ਕਰਨਾ, ਹੋਰ ਸਿਆਸਤਾਂ ਕਬੱਡੀ ਨੂੰ ਕੁਛ ਨਹੀਂ ਦੇ ਸਕਦੀ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕਾਹਦੇ ਗਰੁੱਪ ਆ ਪਹਿਲੀ ਤਾਂ ਵੰਡਣੀ ਨਹੀਂ ਕਿਸੇ ਨਾਲ, ਇਸੇ ਤਰ੍ਹਾਂ ਹੀ। ਅਤੇ ਇਹ ਸਾਡੇ ਵੱਲੋਂ ਮਿਹਨਤ ਹੀ ਸਮਝ ਲੈਣ ਇਸ ਗੱਲ ਨੂੰ ਵੀ, ਜਾਣ ਦਿਓ ਇਸ ਗੱਲ ਨੂੰ, ਅਤੇ ਸਾਰੇ ਪਲੇਅਰ ਇਕੱਠੇ ਹੋ ਕੇ ਖੇਡਣ, ਅਤੇ ਤਾਂ ਹੀ ਕਬੱਡੀ ਦਾ ਫਾਇਦਾ ਹੈ, ਕਬੱਡੀ ਦਾ ਫਾਇਦਾ। ਅਤੇ ਪਲੇਅਰਾਂ ਦੀ ਮੈਂ ਨਹੀਂ ਵੇਖੀ ਕੋਈ ਵੀ ਮੁਖਾਲਫਤ, ਬਿਲਕੁਲ ਸਾਰੇ ਆਪਣੇ ਭਰਾ ਆ, ਜਿੰਨੇ ਵੀ ਆ ਹੁਣ ਇੰਟਰਨੈਸ਼ਨਲ ਲੈਵਲ 'ਤੇ ਖੇਡੇ ਮੁੰਡੇ ਸਾਰੇ, ਜਾਂ ਛੋਟੇ ਲੈਵਲ 'ਤੇ ਵੀ ਸਾਡੇ ਛੋਟੇ ਵੀਰ ਜਿੰਨੇ ਵੀ ਆ, ਮੈਂ ਨਹੀਂ ਯਾਰ ਕਿਸੇ ਦੀ ਵੀ ਕੋਈ ਮੁਖਾਲਫਤ ਵੇਖੀ, ਕੈਂਪ 'ਚ ਅਸੀਂ ਸਾਰੇ ਇਕੱਠੇ ਰਹੇ, ਇੰਝ ਲੱਗਦਾ ਸੀ ਯਕੀਨ ਕਰੋ ਜਿੱਦਾਂ ਇੱਕ ਫੈਮਿਲੀ, ਇਸੇ ਤਰ੍ਹਾਂ ਹੀ, ਕਿੰਨਾ ਪਿਆਰ ਪਲੇਅਰਾਂ ਦਾ ਆਪਸ ਦੇ ਵਿੱਚ, ਬਿਲਕੁਲ। ਮੈਨੂੰ ਤਾਂ ਉੱਥੇ ਕੋਈ ਗਰੁੱਪਿਜ਼ਮ ਨਜ਼ਰ ਨਹੀਂ ਆਇਆ, ਬਿਲਕੁਲ, ਕਿੰਨਾ ਦਾ ਗਰੁੱਪਿਜ਼ਮ ਜਿਹੜੇ ਕਬੱਡੀ ਨੂੰ ਨਹੀਂ ਸਮਝਦੇ, ਇਸੇ ਤਰ੍ਹਾਂ ਹੀ, ਪਾਰਟੀਆਂ ਕਿਹਨਾਂ ਦੀਆਂ ਜਿਨ੍ਹਾਂ ਨੇ ਇਹ ਤੋਂ ਫਾਇਦਾ ਲੈਣਾ, ਮਿਹਨਤ ਵੀ ਨਹੀਂ ਕਰਨੀ ਅਤੇ ਫਾਇਦਾ ਵੀ ਲੈਣਾ, ਫਾਇਦਾ ਵੀ ਲੈਣਾ, ਉਹਨਾਂ ਦੇ ਗਰੁੱਪ, ਅਤੇ ਖੁਦਾਰਾ ਇਹਨਾਂ ਗਰੁੱਪਾਂ ਨੂੰ ਜਾਣ ਦਿਉ, ਜੇ ਕਿਸੇ ਦਾ ਭਲਾ ਕਰ ਸਕਦੇ ਹੋ ਤਾਂ ਕਬੱਡੀ ਵਾਲੇ ਦਾ ਕਰ ਦਿਉ, ਕਰ ਦਿਉ, ਨਹੀਂ ਤਾਂ ਜਾਣ ਦਿਉ ਇਸ ਗੱਲ, ਜਾਣ ਦਿਉ ਇਸ ਗੱਲ। ਹਾਂਜੀ। ਅਤੇ ਕੋਈ ਐਸਾ ਵਕਤ ਆਇਆ ਕਿ ਕਦੀ ਤੁਹਾਡੇ ਉਸਤਾਦ ਨੇ ਤੁਹਾਨੂੰ ਮਾਰਿਆ ਹੋਵੇ? ਬਹੁਤ ਵਾਰੀ, ਬਹੁਤ ਵਾਰੀ। ਹਾਂਜੀ। ਅਤੇ ਕਿਹੜੀਆਂ ਗੱਲਾਂ ਸੀਗੀਆਂ ਜਿਨ੍ਹਾਂ ਦੇ ਸਕੂਲ ਲੈਵਲ 'ਤੇ, ਸਕੂਲ ਲੈਵਲ 'ਤੇ ਅਕਸਰ ਹੀ ਮੈਨੂੰ ਇਕੱਲੇ ਨੂੰ ਥੋੜ੍ਹੋ ਸਾਰੇ ਸਟੂਡੈਂਟਾਂ ਨੂੰ ਕੁੱਟ ਪੈਂਦੀ ਸੀ, ਅਤੇ ਮੈਨੂੰ ਨਹੀਂ ਨਹੀਂ ਕਬੱਡੀ ਦੇ ਹਵਾਲੇ, ਹਾਂਜੀ ਕਬੱਡੀ ਦੇ ਹਵਾਲੇ ਨਾਲ ਮੈਂ ਗੱਲ ਕਰਦਾ, ਜਿੰਨੇ ਵੀ ਅਸੀਂ ਮੁੰਡੇ ਖੇਡਦੇ ਸੀਗੇ, ਦੋ ਚਾਰ ਵਾਰੀ 5 ਦਫ਼ਾ ਉਹਨਾਂ ਨੇ ਦੱਸਣਾ ਆ ਬੇਟਾ ਆਹ ਇੰਝ ਨਹੀਂ ਇੰਝ ਕਰਨਾ, ਬੜੇ ਪਿਆਰ ਨਾਲ, ਥੋੜ੍ਹੇ ਜਿਹੇ ਜਿਹੜੇ ਹੁੰਦੇ ਨਾ ਪੀਟੀ ਕੋਚ, ਬਿਲਕੁਲ, ਥੋੜ੍ਹੇ ਜਿਹੇ ਹਾਰਡ ਵੀ ਹੁੰਦੇ ਆ, ਅਤੇ ਦੋ ਇੱਕ ਵਾਰੀ ਉਹ ਦੱਸਦੇ ਸੀ ਅਗਰ ਅਸੀਂ ਫਿਰ ਵੀ ਗਲਤ ਕਰਦੇ ਤਾਂ ਮਾਰ ਖਾਧੀ, ਬੜੀ ਖਾਧੀ। ਸਹੀ। ਹਾਂਜੀ। ਅਤੇ ਲੇਕਿਨ
ਅੱਜ ਐਵੇਂ ਲੱਗਦਾ ਵੀ ਜਿੱਦਾਂ ਉਹ ਮਾਰ ਸਾਡੇ ਫਾਇਦੇ 'ਚ, ਉਹ ਸਾਡੇ ਫਾਇਦੇ ਦੀ ਇਹਦੇ ਉਦੋਂ ਵਿੱਚ ਬਹੁਤ ਬੁਰਾ ਲੱਗਦਾ ਸੀ, ਇਸੇ ਤਰ੍ਹਾਂ ਹੀ ਗੁੱਸਾ ਚੜ੍ਹਦਾ ਸੀ ਯਾਰ, ਉਸਤਾਦ ਬਹੁਤ ਮਾਰਦੇ ਆ, ਦਫਾ ਕਰੋ ਛੱਡੋ ਪਰਾਂ, ਇੰਨੀ ਕੁੱਟ ਖਾਣ ਨਾਲੋਂ ਬਿਹਤਰ ਘਰ ਬਹਿ ਰਹੀ ਹੈ, ਘਰ ਬਹਿ ਰਹੀ ਹੈ। ਲੇਕਿਨ ਉਹ ਇੱਕ ਥੋੜ੍ਹਾ ਜਿਹਾ ਪਿਆਰ ਕਹਿ ਲਓ ਕਬੱਡੀ ਨਾਲ ਲੱਗੇ ਰਹੇ ਹਾਂ ਮਾੜਾ ਚੰਗਾ, ਅਤੇ ਅੱਜ ਐਵੇਂ ਲੱਗਦਾ ਯਾਰ ਜਿੱਦਾਂ ਉਹ ਕੁੱਟ ਬਹੁਤ ਚੰਗੀ ਸੀ, ਉਹ ਕੁੱਟ ਬਹੁਤ ਚੰਗੀ ਸੀ, ਕਿਉਂਕਿ ਉਸ ਕੁੱਟ ਦੇ ਵਿੱਚ ਉਸ ਮਾਰ ਦੇ ਵਿੱਚ ਖਲੂਸ ਸੀ, ਸਾਨੂੰ ਕੁਛ ਬਣਾਉਣ ਦਾ ਜਜ਼ਬਾ ਸੀ, ਬਿਲਕੁਲ ਮੁਹੱਬਤ ਸੀ ਉਹਨਾਂ ਦੀ ਜਿਹੜੀ ਅੱਜ ਕਿਤੇ ਨਹੀਂ ਲੱਭਣ ਡਈ। ਉਸੇ ਮਾਰ ਨੇ ਹੀ ਅੱਜ ਸਾਨੂੰ ਫਲਾਇੰਗ ਸਾਨੂੰ ਹੋਰਸ ਦਾ ਫਲਾਇੰਗ ਖਿਤਾਬ ਹੋਰਸ ਦਾ ਖਿਤਾਬ ਵੀ ਦਵਾਇਆ, ਔਰ ਮੈਂ ਬੜੇ ਅਫਸੋਸ ਨਾਲ ਕਹਿਣਾ ਚਾਹ ਰਿਹਾ ਕਿ ਉਹ ਖਲੂਸ, ਉਹ ਮੁਖਲਸਪਨ ਸਾਨੂੰ ਹੁਣ ਨਜ਼ਰ ਹੀ ਨਹੀਂ ਆ ਰਿਹਾ ਕਿਤੇ ਵੀ, ਜਿਹੜਾ ਅੱਜ ਤੋਂ 8-10 ਸਾਲ ਪਹਿਲੇ ਲੋਕਾਂ 'ਚ ਸੀ। ਪਹਿਲੇ ਲੋਕਾਂ 'ਚ ਸੀ, ਹਾਂਜੀ। ਅਤੇ ਹੁਣ ਅਸੀਂ ਕੈਂਪ 'ਚੋਂ ਆਏ ਰੀਸੈਂਟਲੀ, ਬਹੁਤ ਮਿਹਨਤ ਕੀਤੀ, ਅਤੇ ਸਾਡੇ ਕੋਚ ਤਾਰਵੀਰ ਸਾਹਿਬ ਬਹੁਤ ਅੱਛੇ ਇਨਸਾਨ ਕਬੱਡੀ ਦੇ ਵਿੱਚ, ਜਿਹੜੇ ਮੈਂ ਸਮਝਦਾ ਕਿ ਅਗਰ ਕਬੱਡੀ ਨੂੰ ਕੋਈ ਬੈਨੀਫਿਟ ਦੇ ਸਕਦੇ ਨਾ ਅੱਜ ਦੇ ਦੌਰ 'ਚ ਤਾਰਵੀਰ ਦੇ, ਜਿਹੜੇ ਆਪਣੀ ਜੇਬ ਦੇ ਵਿੱਚੋਂ ਹੀ ਖਰਚਾ ਕਰਦੇ ਕਬੱਡੀ 'ਤੇ, ਬਿਲਕੁਲ ਜਿਹਦੇ ਕੌਣ ਕਰਦਾ ਅੱਜ ਦੇ ਦੌਰ 'ਚ। ਅਤੇ ਉਹਨਾਂ ਨੇ ਬਹੁਤ ਅੱਛੀ ਟ੍ਰੇਨਿੰਗ, ਬਹੁਤ ਜ਼ਿਆਦਾ ਹਾਰਡ ਟ੍ਰੇਨਿੰਗ ਕਰਾਈ, ਅਤੇ ਉਹਨਾਂ ਦੇ ਲਫ਼ਜ਼ ਸੀਗੇ ਵੀ ਬੇਟਾ ਜਦੋਂ ਤੁਸੀਂ ਇੱਥੋਂ ਚੱਲ ਜਾਣਾ ਨਾ ਫਿਰ ਤੁਹਾਨੂੰ ਪਤਾ ਚੱਲੂਗਾ ਕਿ ਇਹ ਤੁਹਾਡੇ ਫਾਇਦੇ ਲਈ ਸੀ, ਤੁਹਾਡੇ ਫਾਇਦੇ ਨੁਕਸਾਨ ਲਈ ਨਹੀਂ ਸੀ, ਨੁਕਸਾਨ ਲਈ। ਹਾਂਜੀ, ਅਤੇ ਇਹ ਚੀਜ਼ਾਂ ਇੰਝ ਹੀ ਆ ਕਿ ਜਿਹੜੀਆਂ ਮੁਹੱਬਤ ਵਾਲੀਆਂ ਜਾਂ ਫਾਇਦੇ ਵਾਲੀਆਂ ਚੀਜ਼ਾਂ ਨਾ, ਕਈ ਵਾਰੀ ਬੰਦਾ ਇਨ ਟਾਈਮ ਸਮਝਦਾ ਯਾਰ ਮੈਂ ਬਹੁਤ ਤੰਗ ਹੋ ਰਿਹਾ, ਇਸੇ ਤਰ੍ਹਾਂ ਹੀ, ਲੇਕਿਨ ਅਗਰ ਥੋੜ੍ਹਾ ਜਿਹਾ ਸਬਰ ਨਾਲ ਆਪਾਂ ਉਹਨਾਂ ਨੂੰ ਚੀਜ਼ਾਂ ਨੂੰ ਕੱਟਦੇ ਹਾਂ ਨਾ, ਤਾਂ ਬਾਅਦ 'ਚ ਬੈਨੀਫਿਟ ਉਹਨਾਂ ਦਾ ਜਿਹੜਾ ਬਹੁਤ ਅੱਛਾ, ਬਹੁਤ ਅੱਛਾ ਮਿਲਦਾ। ਹਾਂਜੀ, ਅਤੇ ਭਾਅ ਜੀ ਆਪਾਂ ਜਿੰਨੇ ਵੀ ਮੈਚ ਖੇਡੇ ਨੇ ਇਹਨਾਂ ਦੇ ਵਿੱਚ ਕੋਈ ਐਸਾ ਵਕਤ ਆਇਆ ਹੋਵੇ ਜਿੱਥੇ ਤੁਸੀਂ ਕਿਸੇ ਨੂੰ ਟਫ ਟਾਈਮ ਬਹੁਤ ਜ਼ਿਆਦਾ ਦਿੱਤਾ ਹੋਵੇ, ਔਰ ਕੋਈ ਐਸਾ ਵਕਤ ਵੀ ਆਇਆ ਹੋਵੇ ਜਦੋਂ ਕਿਸੇ ਨੇ ਤੁਹਾਨੂੰ ਟਫ ਟਾਈਮ ਬਹੁਤ ਜ਼ਿਆਦਾ ਦਿੱਤਾ ਹੋਵੇ, ਉਹ ਤਾਂ ਦੱਸੋ। ਬਹੁਤ ਮੈਚ ਹੋਏ ਵੀਰੇ, ਜੀ ਜੀ, ਅਸੀਂ ਬਹੁਤ ਜ਼ਿਆਦਿਆਂ ਨੂੰ ਟਫ ਟਾਈਮ ਦਿੱਤਾ, ਬਹੁਤ ਜ਼ਿਆਦਿਆਂ ਨੇ ਸਾਨੂੰ ਵੀ ਟਫ ਟਾਈਮ ਦਿੱਤਾ, ਇਹ ਪਾਰਟ ਆਫ ਗੇਮ ਆ। ਕਦੀ ਕਦੀ ਅਸੀਂ ਬਹੁਤ ਸੁਪਰ ਫਿੱਟ ਹੁੰਦੇ, ਮੈਂ ਦੱਸਦਾ ਮੈਂ ਅਗਰ ਜ਼ਿੰਦਗੀ ਦੇ ਵਿੱਚ ਕਿਸੇ ਮੈਚ ਦਾ ਮੈਨੂੰ ਦੁੱਖ ਰਹੂਗਾ ਨਾ, ਤਾਂ 2014 ਵਾਲਾ ਵਰਲਡ ਕੱਪ, 2014 ਦਾ ਵਰਲਡ ਕੱਪ, ਕਿਉਂਕਿ ਮੈਂ ਉਦੋਂ ਪ੍ਰੋਪਰ ਫਿੱਟ ਨਹੀਂ ਸੀ। ਬਹੁਤੇ ਮੇਰੇ ਸੁਣਨ ਵਾਲੇ ਵੀਰ ਕਹਿਣਗੇ ਵੀ ਬਹਾਨੇ ਲਾਉਣ ਡਿਆ, ਮੇਰੇ ਨਾ ਉਦੋਂ ਤਾਜ਼ਾ ਤਾਜ਼ਾ ਵਰਲਡ ਕਬੱਡੀ ਲੀਗ ਦੇ ਵਿੱਚ ਸੱਟ ਲੱਗੀ ਸੀ, ਪਰਫੋਰਮੈਂਸ ਮੇਰੀ ਵਰਲਡ ਕਬੱਡੀ ਲੀਗ ਦੀ ਸਾਰਿਆਂ ਨੂੰ ਪਤਾ ਹੀ, ਅਲਹਮਦੁਲਿਲਾ ਬਹੁਤ ਅੱਛੀ ਪਰਫੋਰਮੈਂਸ ਰਹੀ, ਮੇਰੇ ਸੱਟ ਲੱਗੀ ਸੀ ਉਦੋਂ 2014 ਦੇ ਵਿੱਚ, ਅਤੇ ਪ੍ਰੋਪਰ ਫਿੱਟ ਨਹੀਂ ਸੀ ਮੈਂ ਜਿੰਨਾ ਹੋਣਾ ਚਾਹੀਦਾ ਸੀ ਮੈਨੂੰ ਵਰਲਡ ਕੱਪ 'ਤੇ। ਮੈਂ ਪਹਿਲੇ ਹਾਫ 'ਚ ਬਹੁਤ ਅੱਛੀਆਂ ਰੇਡਾਂ ਕੀਤੀਆਂ, ਦੂਸਰੇ ਹਾਫ ਦੇ ਵਿੱਚ ਮੈਨੂੰ ਸਟੋਪ ਹੋਏ, ਅਤੇ ਅਬੈਦੁੱਲਾ ਨੂੰ 1-2 ਸਟੋਪ ਹੋ ਗਏ। ਚਲੋ ਪਾਰਟ ਆਫ ਗੇਮ ਸੀ, ਸਾਰਿਆਂ ਨੇ ਰਲ ਮਿਲ ਕੇ ਆਪਣਾ ਤਾਂ 100% ਦੇਣ ਦੀ ਕੋਸ਼ਿਸ਼ ਕੀਤੀ, ਮੈਚ ਹਾਰ ਗਏ, ਅਤੇ ਮੈਚ ਅਸੀਂ ਹਾਰ ਗਏ, ਉਹ ਮੈਚ ਦਾ ਬਹੁਤ ਦੁੱਖ ਰਹੂਗਾ ਜ਼ਿੰਦਗੀ 'ਚ ਕਿ ਹਾਰਨਾ ਨਹੀਂ ਚਾਹੀਦਾ ਸੀ। ਅਤੇ ਫਿਰ ਉਸ ਤੋਂ ਵੀ ਜ਼ਿਆਦਾ ਦੁੱਖ ਉਦੋਂ ਲੱਗਿਆ ਜਦੋਂ ਆਪਣੇ ਬਾਰੇ ਮਤਲਬ ਦੋਸਤਾਂ ਦੀ ਕੋਈ ਰਾਏ ਕੋਈ ਕਮੈਂਟ ਵੇਖੇ, ਬਿਲਕੁਲ ਬਹੁਤ ਜ਼ਿਆਦਾ ਤਕਲੀਫ ਹੋਈ ਇਸ ਗੱਲ ਦੀ ਕਿ ਯਾਰ ਅਸੀਂ ਤਾਂ ਜਿੰਨੀ ਜੋਗੇ ਹੈਗੇ ਸੀ ਆਪਣੇ ਵੱਲੋਂ ਕੋਸ਼ਿਸ਼ ਕੀਤੀ ਸੀ 100% ਦੇਣ ਦੀ, 100% ਦੇਣ ਦੀ, ਲੇਕਿਨ ਜ਼ਰੂਰੀ ਨਹੀਂ ਹਰ ਮੈਚ ਦੇ ਵਿੱਚ ਤੁਸੀਂ ਚੰਗਾ ਖੇਡਣਾ, ਤੁਸੀਂ ਚੰਗਾ ਖੇਡਣਾ, ਹਰ ਮੈਚ ਦੇ ਵਿੱਚ ਸੈਂਚਰੀ ਨਹੀਂ ਹੁੰਦੀ, ਕਦੇ ਕਦੇ ਬੰਦਾ 0 'ਤੇ ਵੀ ਆਊਟ ਹੋ ਜਾਂਦਾ, 0 'ਤੇ ਵੀ ਆਊਟ ਹੋ ਜਾਂਦਾ। ਅਤੇ ਮੈਂ ਰਿਕੁਐਸਟ ਕਰਦਾ ਦੋਸਤਾਂ ਨੂੰ ਵੀ ਯਾਰ ਅਗਰ ਤੁਸੀਂ ਅਗਰ ਕਿਸੇ ਦਾ ਹੌਸਲਾ ਵਧਾ ਨਹੀਂ ਸਕਦੇ ਨਾ, ਤੈਨੂੰ ਘਟਾਓ, ਉਹਨੂੰ ਤਨਕੀਦ ਵੀ ਪਲੇਅਰ ਨੂੰ ਨਾ ਕਰੋ, ਕੋਈ ਪਲੇਅਰ ਹੋਵੇ ਭਾਵੇਂ ਕਿਸੇ ਵੀ ਲੈਵਲ ਦਾ ਪਲੇਅਰ ਹੋਵੇ ਕਿਸੇ ਵੀ ਕੰਟਰੀ ਦਾ ਹੋਵੇ, ਅਤੇ ਇਹ ਪਲੇਅਰ ਤੁਹਾਡੀ ਮੁਹੱਬਤ ਦਾ ਹੀ ਭੁੱਖਾ ਆ, ਆਪਾਂ ਹੋਰ ਦੇਣੇ ਕੀ ਹੈ ਪਲੇਅਰਾਂ ਨੂੰ, ਕੁਛ ਵੀ ਨਹੀਂ, ਦੋ ਪਿਆਰ ਦੇ ਲਫ਼ਜ਼, ਸਪੋਂਸਰਸ਼ਿਪ ਤੋਂ ਹਟ ਕੇ ਵੀ ਯਾਰ ਛੱਡੋ, ਤੁਸੀਂ ਸਪੋਂਸਰਸ਼ਿਪ ਨੂੰ ਤੁਸੀਂ ਛੱਡੋ, ਅਸੀਂ ਦੇਣੇ ਕੀ ਹਾਂ ਪੰਜਾਬ ਦੇ ਵਿੱਚ, ਅਸੀਂ ਕਬੱਡੀ ਨੂੰ ਦੇਣੇ ਕੀ ਹਾਂ, ਪਲੇਅਰ ਨੂੰ ਕੀ ਦਿੰਦੇ, ਇੱਕ ਮੁਹੱਬਤ ਹੀ ਤਾਂ ਅਸੀਂ ਦੇ ਸਕਦੇ ਹਾਂ, ਬਿਲਕੁਲ ਇੱਕ ਦੁਆ ਹੀ ਤਾਂ ਦੇ ਸਕਦੇ ਹਾਂ, ਉਹ ਤਾਂ ਦਿਓ ਇਸੇ ਤਰ੍ਹਾਂ, ਤਨਕੀਦ ਦੀ ਬਜਾਏ ਕਿਸੇ ਦਾ ਹੌਸਲਾ ਵਧਾ ਦਿਓ, ਹੋ ਸਕਦਾ ਡਿੱਗਾ ਉੱਠ ਹੀ ਪਵੇ, ਬਿਲਕੁਲ ਅੱਜ ਤੁਹਾਨੂੰ ਥੋੜ੍ਹੀ ਪਰਫੋਰਮੈਂਸ ਦੇ ਰਿਹਾ, ਤੁਸੀਂ ਕਿਸੇ ਦਾ ਹੌਸਲਾ ਵਧਾਓ, ਕਿਸੇ ਨੂੰ ਅੱਛੇ ਤਰੀਕੇ ਨਾਲ ਗਾਈਡ ਕਰੋ, ਹੋ ਸਕਦਾ ਉਹ ਮੁਸਤਕਬਿਲ ਦੇ ਵਿੱਚ ਤੁਹਾਡੀ ਗਾਈਡੈਂਸ ਜਿਹੜੀ ਦਿੱਤੀ ਹੋਈ ਹੈ ਉਹਦੇ ਨਾਲ ਹੀ ਬਹੁਤ ਅੱਛਾ ਹੋ ਜਾਏ, ਬਹੁਤ ਅੱਛਾ, ਤਨਕੀਦ ਨਾ ਕਰੋ, ਮੈਂ ਤਾਂ ਇਹ ਰਿਕੁਐਸਟ ਕਰੂੰਗਾ, ਅਤੇ ਅਗਰ ਤਨਕੀਦ ਕਰਦੇ ਵੀ ਹੋ ਤਾਂ ਪੋਜ਼ਿਟਿਵ ਕਰੋ, ਨੈਗੇਟਿਵ ਨਾ ਕਰੋ, ਨੈਗੇਟਿਵ ਨਾ ਕਰੋ, ਹਾਂਜੀ। ਅਤੇ ਭਾਅ ਜੀ ਆਪਾਂ ਵਰਲਡ ਲੈਵਲ ਤੋਂ ਹਟ ਕੇ ਅਸਾਂ ਦੇਖੀਏ ਕਿ ਤੁਸੀਂ ਮਾਸ਼ਾਅੱਲਾ ਪਾਕਿਸਤਾਨ ਦੇ ਵਿੱਚ ਬਹੁਤ ਅੱਛੇ ਮੈਚ ਖੇਡੇ ਨੇ, ਕੋਈ ਐਸਾ ਵਕਤ ਆਇਆ ਹੋਵੇ ਕਿ ਤੁਹਾਨੂੰ ਕਿਸੇ ਪਲੇਅਰ ਕੋਈ ਡਰ ਲੱਗਾ ਹੋਵੇ ਕਿ ਯਾਰ ਆਹ ਪਲੇਅਰ ਜਿਹੜਾ ਵਾ ਇਸ ਵਕਤ ਮੇਰੇ 'ਤੇ ਬਹੁਤ ਹੈਵੀ ਆ? ਨਹੀਂ ਵੀਰੇ, ਇੱਦਾਂ ਦੀ ਕੋਈ ਗੱਲ ਨਹੀਂ, ਮੈਂ ਅੱਗੇ ਦੱਸਿਆ ਕਿ ਪਾਰਟ ਆਫ ਗੇਮ ਆ, ਕਦੇ ਕਦੇ ਬਹੁਤ ਜ਼ਿਆਦਾ ਮਾੜਾ ਵੀ ਖੇਡ ਗਏ, ਸਹੀ, ਅਤੇ ਕਦੇ ਕਦੇ ਇੰਨਾ ਚੰਗਾ ਖੇਲ ਗਏ ਵੀ ਜ਼ਰੂਰਤ ਤੋਂ ਵੀ ਜ਼ਿਆਦਾ, ਜ਼ਰੂਰਤ ਤੋਂ ਵੀ ਜ਼ਿਆਦਾ, ਮੈਂ ਨਹੀਂ ਸਮਝਦਾ ਵੀ ਡਰ ਕਾਹਦਾ ਯਾਰ, ਬਹੁਤਾ ਕੀ ਹੋਊਗਾ, ਫੜ ਲੂ ਕੋਈ, ਫੜ ਲੂਗਾ, ਇਹੀ ਹੋਣਾ, ਹੁਣ ਸਾਨੂੰ ਮਾਰਨ 'ਤੇ ਲੱਗਾ, ਮਾਰਨ 'ਤੇ ਲੱਗਾ ਨਹੀਂ,
ਡਰ ਇਹੀ ਹੁੰਦਾ ਨਾ ਵੀ ਯਾਰ ਜੱਫਾ ਨਾਲ ਪੈ ਜਾਏ ਕਿਤੇ ਪਲੇਅਰ ਨੂੰ, ਬਿਲਕੁਲ ਇਸੇ ਤਰ੍ਹਾਂ। ਲੇਕਿਨ ਅਗਰ ਅਸੀਂ ਸੋਚਾਂਗੇ ਨਾ ਵੀ ਯਾਰ ਅਸੀਂ ਵੀ ਮਿਹਨਤ ਕੀਤੀ ਆ, ਅਸੀਂ ਵੀ ਖੇਲਣਾ ਹੈ, ਅਗਲੇ ਨੇ ਵੀ ਮਿਹਨਤ ਕੀਤੀ ਆ, ਉਹ ਵੀ ਉਹ ਖੇਲਣ ਵੀ ਆਇਆ, ਖੇਲਣ ਆਇਆ, ਤੇ ਫਿਰ ਉਹ ਫੜਨ ਲਈ ਖਲੋਤਾ ਆ, ਅਸੀਂ ਇਸੇ ਨੱਸਣ ਤਰ੍ਹਾਂ ਲਈ ਖੜੇ ਹਾਂ, ਅਸੀਂ ਨੱਸਣ ਲਈ ਖੜੇ, ਉਹਨੇ ਫੜਨਾ ਵੀ ਆ, ਅਸੀਂ ਨੱਸਣਾ ਵੀ, ਅਸੀਂ ਨੱਸਣਾ ਵੀ, ਇਹਨੂੰ ਹੀ ਗੇਮ ਕਹਿੰਦੇ, ਇਹਨੂੰ ਹੀ ਗੇਮ ਕਹਿੰਦੇ ਆ, ਬਿਲਕੁਲ। ਹਾਂਜੀ, ਤੇ ਬਾਕੀ ਪਾਕਿਸਤਾਨ 'ਚ ਬਹੁਤ ਸੁਪਰ ਡੁਪਰ ਸਟੋਪਰ, ਇਸੇ ਤਰ੍ਹਾਂ ਹੀ ਮੈਂ ਇਹ ਨਹੀਂ ਕਹਿੰਦਾ, ਪਾਕਿਸਤਾਨ 'ਚ ਬਹੁਤ ਅੱਛੇ ਸਟੋਪਰ। ਪਾਕਿਸਤਾਨ ਲੈਵਲ ਤੇ ਕੋਈ ਤੁਹਾਡਾ ਫੇਵਰਟ ਜਿਹੜਾ ਸਟੋਪਰ ਹੋਵੇ? ਮੇਰਾ ਫੇਵਰਟ ਜੀ ਦੋ ਜਾਫੀ, ਅੱਜ ਕੱਲ ਦੇ ਦੌਰ ਦੇ ਹਿਸਾਬ ਨਾਲ ਪੁੱਛਦੇ ਆ ਜਾਂ ਕਿੱਦਾਂ, ਤੁਸੀਂ ਇਸ ਟਾਈਮ ਜਿਹੜੇ ਯੰਗਸਟਰਸ ਦੇ ਵਿੱਚੋਂ ਹਨ, ਯੰਗਸਟਰ ਦੇ ਵਿੱਚੋਂ ਵੀ, ਔਰ ਤੁਹਾਡੇ ਵੈਸੇ ਫੇਵਰਟ ਹੋਣ ਸਜਾਦ ਪਾਕਿਸਤਾਨ ਗੁੱਜਰ ਤੇ ਮੁਸ਼ਰਫ ਜੰਜੂਆ ਪਾਕਿਸਤਾਨ ਦੇ ਥੰਮ ਜਾਫੀ ਹੋਏ ਜੀ ਜੀ, ਹਰ ਤਰ੍ਹਾਂ ਦੇ ਰੇਡਰ ਨੂੰ ਇਹ ਫੜਨ ਦੀ ਸਲਾਹੀਅਤ ਰੱਖਦੇ ਸੀ, ਸਲਾਹੀਅਤ ਰੱਖਦੇ। ਅੱਜ ਜੇ ਮੈਂ ਕਹਾਂ ਨਵੀਂ ਜਨਰੇਸ਼ਨ ਦੇ ਵਿੱਚੋਂ, ਰਾਣੇ ਅਲੀ ਸ਼ਾਨ ਦੇ ਸੱਟ ਵੱਜ ਗਈ ਕੁਦਰਤੀ, ਮੈਨੂੰ ਇਹ ਉਮੀਦ ਆ ਕਿ ਅਗਰ ਰਾਣਾ ਅਲੀ ਸ਼ਾਨ ਵਰਲਡ ਕੱਪ ਦੀ ਟੀਮ ਦੇ ਵਿੱਚ ਹੁੰਦਾ, ਫਿੱਟ ਖੜਾ ਹੁੰਦਾ, ਤਾਂ ਮੈਚ ਦਾ ਰਿਜ਼ਲਟ ਕੁਛ ਹੋਰ ਹੋਣਾ ਸੀ। ਬਿਲਕੁਲ, ਮੈਂ ਕਹੂੰਗਾ ਮੇਰੀ ਆਪਣੀ ਆਬਜ਼ਰਵੇਸ਼ਨ ਆ, ਹੋ ਸਕਦਾ ਕੋਈ ਨਾ ਵੀ ਦੋਸਤ ਇਹਦੇ ਨਾਲ ਇਤਫਾਕ ਕਰਦੇ ਹੋਣ, ਮੇਰਾ ਉਹ ਭਰਾ ਵੀ ਆ, ਮੈਂ ਇਹ ਵੀ ਨਹੀਂ ਕਿ ਮੈਂ ਉਹਦੀ ਕੋਈ ਸਪੋਰਟ ਕਰ ਰਿਹਾ ਜਾਂ ਮੈਂ ਆਪਣਾ ਦੋਸਤ ਕਹਿਣ ਦੀ ਹੋਣ ਦੀ ਵਜ੍ਹਾ ਤੋਂ ਉਹਨੂੰ ਸੁਪਰ ਕਹਿ ਰਿਹਾ, ਨਹੀਂ। ਮੈਨੂੰ ਲੱਗਦਾ ਕਿ ਅਗਰ ਨਵੀਂ ਜਨਰੇਸ਼ਨ ਦੇ ਵਿੱਚੋਂ ਕੋਈ ਪਾਵਰ ਵਾਲਾ ਜਾਫੀ ਹੈਗਾ ਨਾ, ਜਿਹ 'ਚ ਜਿਹ 'ਤੇ ਆਪਾਂ ਮਾਣ ਕਰ ਸਕਦੇ ਹਾਂ, ਰਾਣਾ ਅਲੀ ਸ਼ਾਨ, ਬਾਕੀ ਸਾਰੇ ਅੱਛੇ ਆ। ਹਰ ਬੰਦੇ ਦੀ ਇੱਕ ਅਲੱਦਾ ਅਲੱਦਾ ਟੈਕਨੀਕ ਹੁੰਦੀ ਆ, ਅਲੱਦਾ ਅਲੱਦਾ ਅੱਲਾ ਪਾਕ ਨੇ ਕੁਆਲਿਟੀ ਦਿੱਤੀ ਆ, ਕੁਛ ਬੰਦੇ ਆਪਣੇ ਟੈਕਨੀਕ ਤੋਂ ਖੇਲਦੇ ਆ, ਕੁਛ ਪਾਵਰ ਤੋਂ ਖੇਲਦੇ ਆ, ਕੁਛ ਸਪੀਡ ਤੋਂ ਖੇਲਦੇ ਆ, ਕੁਛ ਮਿਹਨਤ ਤੋਂ ਖੇਲਦੇ ਆ, ਹਰ ਬੰਦੇ ਨੂੰ ਅੱਲਾ ਨੇ ਕੁਆਲਿਟੀ ਦਿੱਤੀ ਆ। ਲੇਕਿਨ ਮੈਂ ਅਗਰ ਕਿਸੇ ਨੂੰ ਕਹਾਂਗਾ ਤਾਂ ਮੈਂ ਤਾਂ ਰਾਣਾ ਅਲੀ ਸ਼ਾਹ ਨਹੀਂ ਕਹਾਂਗਾ, ਰਾਣਾ ਅਲੀ ਸ਼ਾਹ ਕਹਾਂਗਾ। ਅਤੇ ਤੁਹਾਡੀ ਨਜ਼ਰ ਦੇ ਵਿੱਚ ਬੈਸਟ ਰੇਡਰ ਜਿਹੜਾ ਵਾ ਤੁਹਾਨੂੰ ਲੱਗਦਾ ਵਾ ਪਾਕਿਸਤਾਨ ਦੇ ਵਿੱਚ ਕਿ ਬਹੁਤ ਅੱਛਾ ਵਾ? ਇਰਫਾਨ ਮਾਨਾ ਜੱਟ, ਇਰਫਾਨ ਮਾਨਾ ਜੱਟ ਕਬੱਡੀ ਦੇ ਵਿੱਚ ਨਾ ਸੋਹਣੇ ਰੰਗ ਭਰਦਾ, ਹਾਏ ਕਬੱਡੀ ਨੰਬਰ ਲੈਣਾ ਨਹੀਂ, ਜਿਹੜੇ ਬੰਦੇ ਦੋਸਤ ਸਮਝਦੇ ਆ ਨਾ ਕਬੱਡੀ ਨੂੰ ਗੇਮ ਲੈਣਾ ਜਾਂ ਨੰਬਰ ਲੈ ਲੈਣਾ, ਨੰਬਰ ਲੈ ਲੈਣਾ ਗੇਮ ਨਹੀਂ ਗੀ, ਨੰਬਰ ਤੇ ਆ ਮਾਸ਼ਾਅੱਲਾ ਅੱਗੋਂ ਗਰਮੀ ਆ ਜਾਣੀ, ਬੜੇ ਬੜੇ ਰੇਡਰਾਂ ਨੇ ਲੈਣੇ, ਬੜੇ ਬੜੇ ਰੇਡਰ ਲੈਣੇ, ਤੇ ਅਗਰ ਕਬੱਡੀ ਦੀ ਕਿਸੇ ਨੂੰ ਸਮਝ ਹੈਗੀ ਆ ਸਮਝ, ਤਾਂ ਉਹ ਮੈਂ ਸਮਝਦਾ ਇਰਫਾਨ ਮਾਨੇ ਕੋਲ, ਸਾਡਾ ਕਪਤਾਨ ਆ, ਸਾਡਾ ਵੱਡਾ ਭਰਾ ਆ, ਅਸੀਂ ਬਹੁਤ ਕੁਛ ਸਿੱਖਿਆ ਵੀ ਉਹਦੇ ਕੋਲੋਂ ਜੀ ਜੀ, ਤੇ ਕੋਸ਼ਿਸ਼ ਕਰਦੇ ਰਹਿੰਦੇ ਹਾਂ ਜਿੰਨੀ ਕੁ ਅਸੀਂ ਨੋਟ ਕਰ ਸਕਦੇ ਹਾਂ, ਤੇ ਅਕਲ ਜਿਹੜੀ ਕਬੱਡੀ ਦੀ ਰੱਖਦਾ ਨਾ ਉਹ ਬੰਦਾ ਰੱਖਦਾ, ਬੰਦਾ ਰੱਖਦਾ। ਹਾਂਜੀ, ਤੇ ਆਪਾਂ ਮਾਸ਼ਾਅੱਲਾ ਬਾਹਰ ਕਿੰਨੇ ਟੂਰ ਕੀਤੇ ਨੇ ਆਪਣੇ ਮੁਲਕ ਤੋਂ ਬਾਹਰ? ਮੈਂ ਮਾਸ਼ਾਅੱਲਾ ਜੀ ਇੰਡੀਆ ਤੋਂ ਪਤਾ ਨਹੀਂ ਕਿੰਨੀ ਵਾਰੀ ਚੱਲ ਗਏ ਹੁਣ ਜੀ ਜੀ, ਤੇ ਯਾ ਮੈਂ ਯੂਰਪ ਗਿਆ ਜੀ ਜੀ, ਸ਼ੰਜੇ ਮਾ 6-7 ਮੁਲਕ ਲਾ ਲਓ ਯੂਰਪ ਦੇ, ਸਹੀ, ਸਪੇਨ, ਫਰਾਂਸ, ਇਟਲੀ, ਜਰਮਨ, ਬੈਲਜੀਅਮ, ਆਸਟਰੀਆ। ਤੁਹਾਨੂੰ ਸਾਰਿਆਂ ਨਾਲੋਂ ਜਿਹੜੀ ਜ਼ਿਆਦਾ ਇੱਜ਼ਤ ਆ ਜਾਂ ਜਿੱਥੇ ਤੁਹਾਡੀ ਪਰਫਾਰਮੈਂਸ ਬਹੁਤ ਅੱਛੀ ਰਹੀ ਉਹ ਕਿਹੜਾ? ਬੇਸਿਕਲੀ ਤਾਂ ਇੱਜ਼ਤ, ਪਿਆਰ, ਮੁਹੱਬਤ ਦੋ ਪੰਜਾਬਾਂ 'ਚ ਹੀ ਆ ਬੇਸ਼ੱਕ, ਇਹਦੇ ਵਿੱਚ ਜਿਹਨਾਂ ਨੂੰ ਜਿਹਨੂੰ ਅਸੀਂ ਮੁਹੱਬਤ ਕਹਿ ਸਕਦੇ ਹਾਂ ਨਾ ਕਬੱਡੀ ਵਾਸਤੇ, ਉਹ ਤਾਂ ਇੰਡੀਆ ਪੰਜਾਬ 'ਚ ਜ਼ਿਆਦਾ ਜਾਂ ਪਾਕਿਸਤਾਨ ਪੰਜਾਬ 'ਚ, ਬਿਲਕੁਲ ਸਾਨੂੰ ਤਾਂ ਇਹਨਾਂ ਵਰਗਾ ਕੋਈ ਵੀ ਨਹੀਂ ਲੱਗਦਾ, ਕੋਈ ਵੀ ਨਹੀਂ ਲੱਗਦਾ, ਜੈਨੂਇਨ ਜਿਹੜੀ ਗੱਲ। ਅਤੇ ਉੱਦਾਂ ਮੈਂ ਇੰਗਲੈਂਡ ਖੇਡਿਆ 4-5 ਦਫ਼ਾ, ਕੈਨੇਡਾ ਵੀ ਗਿਆ ਹਾਂ, ਸ਼ਾਰਜਾ ਖੇਲੇ ਹਾਂ, ਅਤੇ ਬਸ ਅੱਲਾ ਦਾ ਸ਼ੁਕਰ ਆ ਟੀਮ ਦਾ ਹਿੱਸਾ ਰਹੇ ਹਾਂ 2012 ਤੋਂ ਬਾਅਦ, ਥੋੜ੍ਹਾ ਜਿਹਾ ਤੁਹਾਨੂੰ ਦੱਸਿਆ ਕਿ 2 ਸਾਲ ਦਾ ਗੈਪ ਆਇਆ, ਉਹ ਬਸ ਕੋਈ ਮੁਸ਼ਕਲ ਟਾਈਮ ਸੀ, ਅਤੇ ਬਹੁਤ ਡਿਸਹਾਰਟ ਵੀ ਰਹੇ ਹਾਂ, ਬਹੁਤ ਬੁਰੇ ਵਕਤ 'ਚੋਂ ਵੀ ਗੁਜ਼ਰੇ ਹਾਂ, ਅਤੇ ਬਹੁਤ ਮਾੜਾ ਵੀ ਖੇਲੇ ਹਾਂ ਇਹਨਾਂ ਦਿਨਾਂ 'ਚ, ਬਹੁਤ ਜ਼ਿਆਦਾ ਮਾੜਾ। ਅਤੇ ਇਹ 2020 ਵਰਲਡ ਕੱਪ ਜਿਹੜਾ ਹੋਇਆ ਇਹਦੇ ਵਿੱਚ ਟੀਮ ਦੇ ਵਿੱਚ ਆਉਣਾ, ਅੱਲਾ ਪਾਕ ਨੇ ਦੁਬਾਰਾ ਰਹਿਮਤ ਕੀਤੀ, ਮਿਹਨਤ ਵੀ ਕੀਤੀ ਸੀ, ਚਲੋ ਮਿਹਨਤ ਸਾਰੇ ਕਰਦੇ, ਅੱਲਾ ਦੀ ਰਹਿਮਤ ਹੀ ਹੋਈ ਹੈ, ਕਮ ਬੈਕ ਹੋਇਆ ਵਾ, ਔਰ ਇਨਸ਼ਾਅੱਲਾ ਆਉਣ ਵਾਲੇ ਵਕਤ ਦੇ ਵਿੱਚ ਜੋ ਜੋ ਖਾਮੀਆਂ ਸੀ ਸਾਡੇ ਵਿੱਚ ਉਹਨਾਂ ਨੂੰ ਕਲੀਅਰ ਕਰਕੇ, ਤਾਂ ਆਉਣ ਵਾਲੇ ਵਕਤ ਦੇ ਵਿੱਚ ਇਹਦੇ ਨਾਲੋਂ ਇਨਸ਼ਾਅੱਲਾ ਚੰਗਾ ਪਰਫੋਰਮ ਕਰਾਂਗੇ ਉਮੀਦ। ਸਹੀ, ਤੇ ਵਰਲਡ ਲੈਵਲ ਦੇ ਉੱਤੇ ਆਪਣਾ ਕੋਈ ਫੇਵਰਟ ਪਲੇਅਰ ਹੋਵੇ? ਮੈਂ ਵਰਲਡ ਲੈਵਲ ਦੇ ਸੰਦੀਪ ਲਲੀਆਂ ਵਾਲਾ ਰੇਡਰ ਆ, ਉਹਨੂੰ ਬਹੁਤ ਪਸੰਦ ਕਰਦਾ। ਸਹੀ, ਅਤੇ ਉਹਨੂੰ ਤੁਸੀਂ ਕਦੋਂ ਦਾ ਦੇਖ ਰਹੇ ਜੀ? ਮੈਂ ਉਹਨੂੰ ਫਸਟ ਟਾਈਮ ਵੇਖਿਆ ਸੀ 2012 'ਚ, 2012 'ਚ ਮੈਂ ਮੂਵੀਆਂ ਵੇਖੀਆਂ ਸੀ, ਅਤੇ ਮੈਨੂੰ ਉਹਦਾ ਅੰਦਾਜ਼ ਖੇਲਣ ਦਾ ਅਤੇ ਬਹੁਤ ਮਤਲਬ ਪਿਆਰਾ ਲੱਗਦਾ, ਫਿਰ ਵੀ ਲੀਜੈਂਡ ਹੋਇਆ ਉਹ, ਬਿਲਕੁਲ ਬਹੁਤ ਘੱਟ ਸਟੋਪ ਕਰਦੇ ਉਹਨੇ ਆਪਣੇ ਕੈਰੀਅਰ ਦੇ ਵਿੱਚ, ਅਤੇ ਸਪੈਸ਼ਲੀ ਅੱਜ ਆਹ ਜਿਹੜਾ ਦੋਸਤ ਜੰਪ ਦੀ ਗੱਲ ਕਰਦੇ ਆ, ਮੈਂ ਜੰਪ ਜੰਪ ਮਤਲਬ ਮੈਂ ਕਰਦਾ ਉਹਨਾਂ ਨੂੰ ਵੇਖ ਕੇ ਮੈਂ ਸਟਾਰਟ ਕੀਤਾ। ਸਹੀ, ਅਤੇ ਜਿਹੜਾ ਆਪਣਾ ਇੱਥੇ ਇਰਫਾਨ ਮਾਨਾ ਜੱਟ
ਤੇ ਰਾਣਾ ਅਲੀ ਸ਼ਾਹ, ਰਾਣਾ ਅਲੀ ਹਾਂਜੀ ਸ਼ਾਹ, ਵੈਰੀ ਨਾਈਸ ਪਲੇਅਰ, ਦੋਵੇਂ ਮੈਨੂੰ ਬਹੁਤ ਪਸੰਦ ਆ। ਤੇ ਕਿਹੜੀਆਂ ਕਦੋਂ ਦਾ ਤੁਸੀਂ ਉਹਨਾਂ ਨੂੰ ਦੇਖਣਾ ਸਟਾਰਟ ਕੀਤਾ ਵੀ ਇਹ ਹੁਣ ਬਹੁਤ ਅੱਛੇ ਵਧੀਆ ਪਲੇਅਰ ਬਣ ਰਹੇ ਨੇ, ਇਹਨਾਂ ਜੀ ਨਾਲ ਜੀ ਖੇਲਣਾ ਸਟਾਰਟ ਕੀਤਾ? ਰਾਣਾ ਅਲੀ ਸ਼ਾਹ ਤਾਂ ਸਾਡੇ ਤੋਂ ਪਿੱਛੋਂ ਆਇਆ ਜੀ ਜੀ ਜੂਨੀਅਰ, ਤੇ ਥੋੜ੍ਹੇ ਅਰਸੇ ਦੇ ਵਿੱਚ ਮਾਸ਼ਾਅੱਲਾ ਤਗੜਾ ਹੋ ਗਿਆ, ਤਗੜਾ ਹੋ ਗਿਆ। ਤੇ ਇਰਫਾਨ ਮਹਾਨਾ ਤਾਂ ਬਹੁਤ ਪੁਰਾਣਾ ਪਲੇਅਰ ਜੀ ਆ। ਜੀ ਬਿਲਕੁਲ ਹਾਂਜੀ, 2010 ਵਾਲਾ ਇਹਨਾਂ ਦਾ ਅਸੀਂ ਵਰਲਡ ਕੱਪ ਵੇਖਿਆ ਸੀ, ਉਦੋਂ ਅਸੀਂ 65-70 ਕਿਲੋ ਕੈਟੇਗਰੀ 'ਚ ਖੇਲਦੇ ਹੁੰਦੇ ਸੀ। ਖੇਲਦੇ ਹੁੰਦੇ ਸੀ ਹਾਂਜੀ, ਤੇ ਮਾਸ਼ਾਅੱਲਾ ਬਹੁਤ ਲੰਬੀ ਜਦੋਂ ਗੇਮ ਉਹਨਾਂ ਨੇ ਤੁਹਾਨੂੰ ਕੀਤੀ ਆ। ਉਹਨਾਂ ਦੇ ਨਾਲ ਖੇਲਣ ਦਾ ਮਿਲ ਕੇ ਮੌਕਾ ਮਿਲਿਆ, ਮੈਂ ਹੀ ਪਹਿਲੇ ਦੱਸ ਚੁੱਕਿਆ ਕਿ ਬਹੁਤ ਕੁਝ ਸਿੱਖਿਆ ਉਹਨਾਂ ਕੋਲ, ਸਹੀ ਸੀਨੀਅਰਸ ਦੇ ਕੋਲੋਂ ਬਹੁਤ ਕੁਝ ਸਿੱਖਿਆ, ਤੇ ਮੈਂ ਤਾਂ ਇਹੀ ਕਹਾਂਗਾ ਕਿ ਵੈਰੀ ਨਾਈਸ ਪਲੇਅਰ। ਅੱਛਾ ਭਾਅ ਜੀ, ਹੁਣ ਤੁਸੀਂ ਮਾਸ਼ਾਅੱਲਾ ਕਬੱਡੀ ਦੇਖ ਰਹੇ ਜੇ ਬਹੁਤ, ਮਾਸ਼ਾਅੱਲਾ ਵਰਲਡ ਕੱਪ ਦੀ ਵਜ੍ਹਾ ਤੋਂ ਅਰੂਜ ਦੇ ਵਿੱਚ ਆ ਰਹੀ ਹੈ, ਸਟੀਰਾਇਡ ਦੇ ਬਾਰੇ ਕੁਝ ਭਾਈ ਨੇ, ਅਰੂਜ ਦੇ ਵਿੱਚ ਆ ਰਹੀ ਆ, ਹਾਂਜੀ, ਤੇ ਇਸ ਕਬੱਡੀ ਨੂੰ ਹੁਣ ਕਿਸ ਤਰ੍ਹਾਂ ਵੇਖ ਰਹੇ ਜੇ ਕਿ ਅੱਗੇ ਮਾਸ਼ਾਅੱਲਾ ਅੱਛੀ ਤਰ੍ਹਾਂ ਚੱਲੇਗੀ? ਇਨਸ਼ਾਅੱਲਾ ਜੀ, ਅੱਲਾ ਸੋਹਣੇ ਦੇ ਹੁਕਮ ਦੇ ਨਾਲ, ਜਿੱਦਾਂ ਵਰਲਡ ਕੱਪ ਹੋਇਆ ਪਾਕਿਸਤਾਨ ਦੇ ਵਿੱਚ, ਇੱਦਾਂ ਹੀ ਸਪੋਂਸਰਸ਼ਿਪ ਮਿਲਦੀ ਅਗਰ ਪਿਆਰ ਕਰਨ ਵਾਲੇ, ਗੌਰਮੈਂਟ ਨੇ ਹਰ ਕੀ ਸਪੈਸ਼ਲੀ ਬਹੁਤ ਸਪੋਰਟ ਕੀਤਾ, ਰਾਏ ਤੈਮੂਰ ਭੱਟੀ ਸਾਹਿਬ ਸਾਡੇ ਜਿਹੜੇ ਪ੍ਰੈਜ਼ੀਡੈਂਟ ਨੇ ਕਬੱਡੀ ਫੈਡਰੇਸ਼ਨ ਦੇ, ਚੌਰੀ ਸ਼ਾਫੇ ਸਾਹਿਬ, ਰਾਣਾ ਸਰਵਰ ਸਾਹਿਬ, ਕੋਚ ਸਾਡੇ ਤਾਰਵੇਦ ਜੱਟ ਸਾਹਿਬ, ਇਹਨਾਂ ਬੰਦਿਆਂ ਦੀ ਬਹੁਤ ਜ਼ਿਆਦਾ ਕੋਸ਼ਿਸ਼ ਸੀ ਵਰਲਡ ਕੱਪ ਕਰਵਾਉਣ ਦੇ ਵਿੱਚ। ਅਗਰ ਤਾਂ ਇੱਦਾਂ ਹੀ ਸਾਡੇ ਵੱਡੇ ਜਿਹੜੇ ਆ ਮੁਹੱਬਤ ਕਰਦੇ ਰਹੇ ਕਬੱਡੀ ਨੂੰ, ਇੱਦਾਂ ਕੋਸ਼ਿਸ਼ ਕਰਦੇ ਰਹੇ, ਤਾਂ ਆਉਣ ਵਾਲੇ ਈਵੈਂਟ ਵੀ ਬਹੁਤ ਵੱਡੇ ਹੋਣਗੇ ਮਾਸ਼ਾਅੱਲਾ ਇਨਸ਼ਾਅੱਲਾ ਤਾਲਾ। ਅਤੇ ਕਬੱਡੀ ਜਿੱਦਾਂ ਮਤਲਬ ਜਿੰਨੀ ਪਾਪੂਲਰ ਹੋਏਗੀ, ਜਿੰਨਾ ਦੋਸਤਾਂ ਤੱਕ ਪਹੁੰਚੂਗੀ, ਉੱਦਾਂ ਹੀ ਮੁੰਡੇ ਇਹਦੇ ਵਿੱਚ ਆਉਣਗੇ, ਤਾਂ ਮੁੰਡੇ ਆਉਣਗੇ ਤਾਂ ਚੰਗੇ ਹੋਣਗੇ। ਬਿਲਕੁਲ, ਜਦੋਂ ਇੱਕ ਬੰਦੇ ਨੂੰ ਪਤਾ ਹੀ ਨਹੀਂ ਕਬੱਡੀ ਚੀਜ਼ ਕੀ, ਉਹ ਕੀ ਖੇਲੂਗਾ, ਬਿਲਕੁਲ ਇਹਦੇ ਬਾਰੇ ਨੂੰ ਵੇਖਣਗੇ ਲੋਕ, ਪਤਾ ਲੱਗੂਗਾ ਕਬੱਡੀ ਕੁਝ ਗੇਮ ਹੈਗੀ ਆ, ਅਸੀਂ ਇਹ ਖੇਲਣੀ ਆ, ਇਹਦੇ ਵਿੱਚ ਬਹੁਤ ਰਿਸਪੈਕਟ ਆ, ਆਪੇ ਖੇਲਣਗੇ ਤਾਂ ਤਗੜੇ ਹੋਣਗੇ ਇਨਸ਼ਾਅੱਲਾ। ਹਾਂਜੀ ਭਾਅ ਜੀ, ਆਪਣੇ ਦੇਖਣ ਵਾਲੇ ਅਤੇ ਚੈਨਲ ਵਾਲਿਆਂ ਨੂੰ ਕੋਈ ਖਸੂਸੀ ਪੈਗਾਮ ਜਿਹੜਾ ਦੇਣਾ ਚਾਹੋਗੇ ਤੁਹਾਨੂੰ ਹੋਵੇ ਕਿ ਮੈਂ ਆਹ ਪੈਗਾਮ ਮੇਰੇ ਦਿਲ ਦੀ ਹਸਰਤ ਆ ਜੀ? ਬਿਲਕੁਲ ਦਵਾਂ। ਬਿਲਕੁਲ ਬਿਲਕੁਲ, ਵੇਖੋ ਜੀ, ਇਹ ਜਿਹੜੇ ਸਾਡੇ ਦੋਸਤ ਵੇਖਣ ਵਾਲੇ ਨੇ, ਸਾਨੂੰ ਪਿਆਰ ਕਰਨ ਵਾਲੇ ਨੇ, ਇਹਨਾਂ ਦੀ ਵਜ੍ਹਾ ਨਾਲ ਹੀ ਅਸੀਂ ਇਸੇ ਤਰ੍ਹਾਂ ਹੀ। ਅਤੇ ਰਿਕੁਐਸਟ ਇਹੀ ਆ ਕਿ ਬਸ ਦੁਆ ਕਰਿਆ ਕਰੋ ਸਾਡੇ ਲਈ, ਅਤੇ ਅਸੀਂ ਤੁਹਾਡੀਆਂ ਮੁਹੱਬਤਾਂ ਦੇ ਤਲਬਗਾਰ ਹਾਂ, ਭੁੱਖੇ ਹਾਂ ਤੁਹਾਡੀਆਂ ਮੁਹੱਬਤਾਂ ਦੇ। ਅਤੇ ਉਹੀ ਗੱਲ ਉਹੀ ਆ ਕਿ ਅਗਰ ਕੋਈ ਪਲੇਅਰ ਕੋਈ ਵੀ ਹੋਵੇ ਯਾਰ, ਕਿਸੇ ਵੀ ਕੰਟਰੀ ਦਾ ਹੋਵੇ, ਉਹਨੂੰ ਕੰਟਰੀਆਂ ਨੂੰ ਵਿੱਚੋਂ ਕੱਢ ਦਿਉ, ਪਲੇਅਰ ਨੂੰ ਵੇਖੋ, ਅਗਰ ਤੁਸੀਂ ਗੇਮ ਨਾਲ ਪਿਆਰ ਕਰਦੇ ਆ। ਵੈਸੇ ਅਗਰ ਤੁਸੀਂ ਸਿਆਸਤ ਕਰਨੀ ਹੈ ਕਬੱਡੀ ਦੇ ਵਿੱਚ, ਕੋਈ 10-15 ਹਜ਼ਾਰ ਦਾ ਮੋਬਾਈਲ ਲੈ ਕੇ ਜੋ ਮਰਜ਼ੀ ਕਰੀ ਜਾਓ, ਤਾਂ ਉਹ ਕੋਈ ਐਸਾ ਮਸਲਾ ਨਹੀਂ ਹੈਗਾ। ਪਲੇਅਰ ਨੂੰ ਅਗਰ ਪਿਆਰ ਕਰਦੇ ਹੋ, ਗੇਮ ਨੂੰ ਅਗਰ ਪਿਆਰ ਕਰਦੇ ਹੋ, ਤਾਂ ਵਿੱਚੋਂ ਇੱਕ ਵਾਰੀ ਕੰਟਰੀਆਂ ਨੂੰ ਕੱਢ ਕੇ ਤਨਕੀਦ ਕਰਨ ਦੀ ਬਜਾਏ ਹੌਸਲਾ ਅਫਜ਼ਾਈ ਕਰੋ, ਹੌਸਲਾ ਅਫਜ਼ਾਈ ਕਰੋ, ਕੋਈ ਹੋਵੇ, ਬੰਦੇ ਚੰਗੇ ਵੀ ਖੇਲਣੇ ਆ, ਬੰਦੇ ਮਾੜੇ ਵੀ ਖੇਲਣੇ, ਮਾੜੇ ਵੀ ਖੇਲਣੇ। ਇਹ ਕੋਈ ਦੁਨੀਆ ਦਾ ਪਲੇਅਰ ਨਹੀਂ ਕਹਿ ਸਕਦਾ ਕਿ ਮੈਂ 100% ਚੰਗਾ ਹੀ ਖੇਲਾਂਗਾ, ਨਹੀਂ ਕਹਿ ਸਕਦਾ ਕੋਈ, ਜਿੱਡਾ ਮਰਜ਼ੀ ਤਗੜਾ ਹੈ, ਇਸੇ ਤਰ੍ਹਾਂ ਮੇਰਾ ਇਹ ਦਾਅਵਾ ਹੈ, ਕੋਈ ਕਹਿ ਕੇ ਦੱਸੇ। ਕਬੱਡੀ ਯਾਰ 1 ਮਿੰਟ ਦਾ ਨਹੀਂ ਵੀਰੇ ਪਤਾ ਲੱਗਦਾ ਕਿਹੜੇ ਟਾਈਮ, ਖੁਦਾ ਨਾ ਖਾਸਤਾ ਬਾਡੀ ਟੱਚ ਗੇਮ ਆ, ਸੱਟ ਲੱਗ ਗਈ ਤੁਸੀਂ ਮਤਲਬ 1 ਮਿੰਟ ਦੇ ਵਿੱਚ ਆਊਟ ਹੋ ਸਕਦੇ ਆ। ਬਿਲਕੁਲ, ਰਾਣਾ ਅਲੀ ਸ਼ਾਨ ਪਾਕਿਸਤਾਨ ਟੀਮ ਦਾ ਹਿੱਸਾ ਸੀ, ਉਹਦੇ ਸੱਟ ਲੱਗ ਗਈ, ਨਹੀਂ ਖੇਲਿਆ, ਅਚਾਨਕ ਕੋਈ ਨਾਂ ਨਹੀਂ ਲੈਣ ਡਿਆ। ਇੱਕ ਗੱਲ ਕਰਦਾ, ਇਸੇ ਤਰ੍ਹਾਂ ਇਹ ਮੁਹੱਬਤ ਆ ਤੁਹਾਡੀ, ਸਾਡੇ ਲਈ ਦੁਆ ਕਰਿਆ ਕਰੋ, ਅਸੀਂ ਤੁਹਾਡੀਆਂ ਦੁਆਵਾਂ ਦੇ ਤਲਬਗਾਰ ਹਾਂ, ਤੁਹਾਡੀਆਂ ਮੁਹੱਬਤਾਂ ਦੇ ਨਾਲ ਹੀ, ਸਪੈਸ਼ਲੀ ਆਵਾਮ ਦੀਆਂ ਮੁਹੱਬਤਾਂ ਜਿਹੜੀਆਂ ਨਾ, ਸਾਡੇ ਪਿਆਰ ਕਰਨ ਵਾਲਿਆਂ ਦੀਆਂ ਮੁਹੱਬਤਾਂ ਜਿਹੜੀਆਂ, ਉਹ ਇੱਥੇ ਹੋਣ, ਇੰਡੀਅਨ ਪੰਜਾਬ 'ਚ ਹੋਣ, ਆਊਟ ਆਫ ਕੰਟਰੀ ਕਿਤੇ ਵੀ ਹੋਣ, ਪਾਕਿਸਤਾਨ 'ਚ ਹੋਣ, ਇਹਨਾਂ ਦੀਆਂ ਮੁਹੱਬਤਾਂ ਦੀ ਬਹੁਤ ਲੋੜ ਰਹਿੰਦੀ ਪਲੇਅਰ ਨੂੰ, ਇਹਨਾਂ ਦੀਆਂ ਦੁਆਵਾਂ ਦੀ ਬਹੁਤ ਲੋੜ ਰਹਿੰਦੀ ਹੈ। ਸਪੈਸ਼ਲੀ ਹਾਲ 'ਚ ਸਾਡਾ ਵਰਲਡ ਕੱਪ ਹੋਇਆ, ਮੈਨੂੰ ਤਾਂ ਐਂ ਲੱਗਦਾ ਜਿੱਦਾਂ ਅਸੀਂ ਦੁਆਵਾਂ ਨਾਲ ਹੀ ਜਿੱਤੇ। ਦੁਆਵਾਂ ਨਾਲ ਹੀ ਜਿੱਤੇ। ਹਾਂਜੀ, ਅਸਲਾਮ ਵਾਲੇਕੁਮ ਭਾਈ ਜੀ। ਵਾਲੇਕੁਮ ਭਾਈ, ਅਸੀਂ ਗੱਲ ਇਹ ਪੁੱਛਣਾ ਚਾਹਾਂਗੇ, ਅਸੀਂ ਤਕਰੀਬਨ, ਮੈਂ ਵੀ ਖੇਡਦਾ, 65 ਕਿਲੋ 70 ਕਿਲੋ ਦੀ ਕਬੱਡੀ ਖੇਡਦੇ ਹਾਂ ਜੀ, ਤੁਹਾਡੇ ਕੋਲ ਇੱਕ ਹੀ ਸਵਾਲ ਸਾਡਾ ਹੈ ਕਿ ਜਿਹੜੇ ਲੋਕ ਯੰਗ ਬਲੱਡ ਛੋਟੇ, ਅਸੀਂ ਪਲੇਅਰ ਛੋਟੇ ਲੈਵਲ 'ਤੇ ਆ ਕੇ, ਅਸੀਂ ਵੀ ਟੀਕੇ ਲਾਉਣ ਲੱਗ ਪੈਂਦੇ ਹਾਂ, ਸਟੀਰਾਇਡ ਦਾ ਇਸਤੇਮਾਲ ਕਰਾਉਂਦੇ ਹਾਂ, ਇਹਦੇ ਬਾਰੇ ਤੁਸੀਂ ਸਾਨੂੰ ਕੀ ਦੱਸਣਾ ਚਾਹੋਗੇ? ਵੀਰੇ, ਟੀਕੇ ਡਿਪੈਂਡ ਕਰਦਾ ਕਿ ਤੁਸੀਂ ਕਿਹੜੀ ਚੀਜ਼ ਇਸਤੇਮਾਲ ਕਰ ਰਹੇ ਹੋ। ਸਟੀਰੋਇਡ ਜਿਹੜਾ ਨਾ, ਉਹ 2-3 ਤਰੀਕਿਆਂ ਦੀ ਸੂਰਤ ਹਾਲ ਮੈਂ ਸਮਝਦਾ ਜਿੰਨਾ ਕੁ ਹੁੰਦੀ ਆ। ਇੱਕ ਤਾਂ ਅਸੀਂ ਸ਼ੌਕ ਨਾਲ ਹੀ ਲਈ ਜਾਂਦੇ, ਸ਼ਾਰਟਕੱਟ ਲੱਭਦੇ ਅਸੀਂ ਕਬੱਡੀ ਦੇ ਵਿੱਚ, ਵੀ ਅਸੀਂ ਅੱਜ ਸਟਾਰਟ ਕੀਤੀ ਆ, 2-3-4-5-6 ਮਹੀਨੇ ਦੇ ਵਿੱਚ ਅਸੀਂ ਸੁਪਰ ਸਟਾਰ ਪਲੇਅਰ ਬਣ ਜਾਈਏ। ਜਿਹੜੇ ਬੰਦੇ ਇੱਦਾਂ ਪਲੇਅਰ ਬਣਨਗੇ ਨਾ, ਉਹ ਇੱਦਾਂ ਹੀ ਜਾਣਗੇ, ਛੇਤੀ ਖਤਮ ਹੋ ਜਾਣਗੇ।
ਜਿਹੜਾ 2-4-5 ਮਹੀਨਿਆਂ 'ਚ ਆ ਗਿਆ ਨਾ ਇੱਕ ਲੈਵਲ 'ਤੇ, ਅੱਜ ਤੁਹਾਡਾ ਵੇਟ 60 ਕਿਲੋ ਆ, ਉਹ ਕਿਹੜੀ ਐਸੀ ਮਸ਼ੀਨ ਆ ਜਿਹੜੀ ਮਹੀਨੇ ਦੇ ਵਿੱਚ ਹੀ ਉਹਨੂੰ 10 ਕਿਲੋ ਵਧਾ ਦੇਊਗੀ ਜਾਂ 2 ਮਹੀਨਿਆਂ ਦੇ ਵਿੱਚ ਹੀ ਤੁਹਾਨੂੰ ਤਗੜੇ ਕਰ ਦੇਊਗੀ ਬਾਡੀ ਬਿਲਡਰ ਟੈਪ? ਇੱਦਾਂ ਦੀ ਕੋਈ ਦੇਸੀ ਖੁਰਾਕ ਨਹੀਂ ਹੈਗੀ, ਠੀਕ ਆ। ਦੂਸਰੀ ਇੱਕ ਤੁਹਾਨੂੰ ਕੋਈ ਅਗਰ ਖੁਦਾ ਨਾ ਖਾਸਤਾ ਕੋਈ ਇੰਜਰੀ ਇਸ ਕਿਸਮ ਦੀ ਹੋ ਜਾਂਦੀ ਕਿਸੇ ਵੀ ਪਲੇਅਰ ਨੂੰ, ਅਗਰ ਤੁਹਾਨੂੰ ਕੋਈ ਡਾਕਟਰ ਰਿਕਮੈਂਡ ਕਰਦਾ ਨਾ ਕਿ ਤੁਸੀਂ ਆਹ ਇੰਜੈਕਸ਼ਨ ਇਸਤੇਮਾਲ ਕਰੋ, ਉਹ ਵੱਖਰੀ ਗੱਲ, ਉਹ ਮਜਬੂਰੀ ਦੇ ਤੌਰ 'ਤੇ ਆ। ਲੇਕਿਨ ਆਹ ਜਿਹੜੇ ਅਸੀਂ ਚਾਹ ਨਾਲ ਹੀ ਲਾਈ ਜਾਂਦੇ ਹਾਂ, ਇਹ ਬਹੁਤ ਗਲਤ ਆ। ਕਬੱਡੀ ਦੇ ਵਿੱਚ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਆ। ਉਹ ਜਿੱਦਾਂ ਬੰਦਾ ਆਉਂਦਾ ਆ 2-4 ਮਹੀਨੇ ਦੇ ਵਿੱਚ, ਅਤੇ ਉਹ ਫਿਰ ਸਾਲ ਕੀ ਖੇਡਦਾ? ਅਤੇ ਮੇਰੀ ਆਪਣੇ ਛੋਟੇ ਵੀਰਾਂ ਨੂੰ ਇਹ ਰਿਕੁਐਸਟ ਆ ਕਿ ਵੱਧ ਤੋਂ ਵੱਧ ਜਿੰਨਾ ਵੀ ਬਚ ਸਕਦੇ ਜੇ ਇਹਨਾਂ ਤੋਂ ਬਚੋ। ਆਪਣੀ ਪਿੰਡਾਂ 'ਚ ਰਹਿੰਦੇ ਹਾਂ, ਦੁੱਧ ਖਾਲਸ ਅਲਹਮਦੁਲਿਲਾ ਲੱਭਦਾ, ਘਰਾਂ ਦੀ ਖੁਰਾਕ ਖਾਓ, ਥੋੜ੍ਹਾ ਲੇਟ ਬਣ ਜਾਓਗੇ ਲੇਕਿਨ ਦੇਰ ਪਾ ਖੇਲੋਗੇ। ਅਤੇ ਭਾਅ ਜੀ ਜਦੋਂ ਆਰ ਕੇ ਹੁਣ ਟੂਰ ਆ ਰਹੇ, ਅਗਲੇ ਮਹੀਨੇ ਜਾ ਰਹੇ ਸਾਰੇ ਪਲੇਅਰ ਇੰਗਲੈਂਡ? ਨਹੀਂ, ਅਗਲੇ ਮਹੀਨੇ ਮਈ 'ਚ ਜਾਣ ਡੇ ਸਾਰੇ, ਇਨਸ਼ਾਅੱਲਾ ਜਾਵਾਂਗੇ। ਇਹ ਉੱਥੇ ਦੇ ਹਵਾਲੇ ਨਾਲ ਵੀ ਮੈਂ ਦੱਸਦਾ ਜਾਵਾਂ ਕਿ ਆਰ ਕੇ ਡੋਪ ਟੈਸਟ ਹੋਣੇ ਆ। ਅੱਛਾ। ਅਤੇ ਮੈਂ ਤਾਂ ਸਮਝਦਾ ਬਹੁਤ ਅੱਛਾ ਸਾਇਨ ਆ UK ਕਬੱਡੀ ਫੈਡਰੇਸ਼ਨ ਦਾ, ਅਤੇ ਮੈਨੂੰ ਲੱਗਦਾ ਕਿ ਹਰ ਥਾਂ 'ਤੇ ਡੋਪ ਟੈਸਟ ਹੋਣੇ ਚਾਹੀਦੇ ਅਗਰ ਪਲੇਅਰ ਦੀ ਪਛਾਣ ਕਰਨੀ ਹੈ ਤਾਂ। ਬਿਲਕੁਲ। ਜੇ ਡਰੱਗ ਲੈ ਕੇ ਤੁਸੀਂ ਸਟੀਰੋਇਡ ਲੈ ਕੇ ਖੇਲੋਗੇ ਤਾਂ ਜਿਹਦਾ ਡਾਕਟਰ ਚੰਗਾ ਆ ਉਹ ਪਲੇਅਰ ਚੰਗਾ, ਮਿਹਨਤ ਦਾ ਨਹੀਂ ਉੱਥੇ ਪਤਾ ਲੱਗਦਾ। ਹਾਂਜੀ, ਡੋਪ ਟੈਸਟ ਹੋਣਗੇ ਅਤੇ ਵਧੀਆ ਸੀਜ਼ਨ ਹੋਊਗਾ ਇਨਸ਼ਾਅੱਲਾ। ਅਤੇ ਭਾਈ ਹੋਰ ਤੁਸੀਂ ਇਹਨਾਂ ਨੂੰ ਯੰਗ ਬਲੱਡ ਜਿਹੜਾ ਵੀ ਆ, ਜਿੰਨਾ ਵੀ ਇਹਦਾ ਮਸ਼ਵਰਾ ਇਹ ਕਿ ਟਿੱਕਾ ਜਾਂ ਕੋਈ ਵੀ ਇਸਤੇਮਾਲ ਕਰਨਾ? ਨਹੀਂ, ਵਕਤੀ ਤੌਰ 'ਤੇ ਤੁਹਾਨੂੰ ਉਹ ਐਕਸਟਰਾ ਪਾਵਰ ਮਿਲ ਜੂਗੀ, ਐਕਸਟਰਾ ਸਪੀਡ ਮਿਲ ਜੂਗੀ, ਲੇਕਿਨ ਉਹਦੇ ਸਾਈਡ ਇਫੈਕਟ ਬਹੁਤ ਆ। ਸਾਡੇ ਅਲਮੀਆਂ ਇਹ ਆ ਕਿ ਬਸ ਜੇ ਕੋਈ ਮਜਬੂਰੀ ਦੀ ਵਜ੍ਹਾ ਤੋਂ ਵੀ ਬੰਦਾ ਕਰਨ ਡਿਆ ਨਾ, ਤਾਂ ਅਸੀਂ ਹੀ ਸ਼ੌਕ ਨੂੰ ਤੁਰ ਪੈਂਦੇ। ਤੁਹਾਨੂੰ ਪਤਾ ਤਾਂ ਲੱਗ ਜਾਏ ਯਾਰ, ਅਗਰ ਕੋਈ ਬੰਦਾ ਇਸਤੇਮਾਲ ਕਰ ਵੀ ਰਿਹਾ ਹੈ, ਸਮਝਾ ਇੰਨਾ ਕੁ ਤਾਂ ਨੌਲੇਜ ਹੋਣਾ ਚਾਹੀਦਾ ਨਾ ਯਾਰ, ਹੋ ਸਕਦਾ ਉਹ ਕੋਈ ਮਜਬੂਰੀ ਦੇ ਤਹਿਤ ਲੱਗਾ ਹੋਵੇ, ਕੋਈ ਉਹਨੂੰ ਇੰਜਰੀ ਐਸੀ ਹੋਵੇ ਜਿਹੜੀ ਡਾਕਟਰ ਨੇ ਦੱਸਿਆ ਹੋਵੇ ਤੂੰ ਆਹ ਇਸਤੇਮਾਲ ਕਰ, ਅਸੀਂ ਉਹ ਬਸ ਭੇਡ ਚਾਲ ਲੱਗੀ ਆ, ਉਹ ਲੱਗੇ ਹਾਂ ਦੁਨੀਆਂ ਦੇ ਮਗਰ। ਭਾਈ ਤੁਹਾਨੂੰ ਅਸੀਂ ਤਕਰੀਬਨ 2014 ਦੇ ਵਰਲਡ ਕੱਪ ਦੇ ਵਿੱਚ ਜ਼ਿਆਦਾ ਦੇਖਿਆ, ਪਿੱਛੇ ਵੀ ਕਾਫੀ ਮੈਚ ਦੇਖੇ ਸੀ ਅਸੀਂ, ਔਰ ਤੁਹਾਨੂੰ ਲਾਈਕ ਵੀ ਕਰਦੇ ਸਾਂ ਅਸੀਂ ਜੀ, ਮਿਹਰਬਾਨੀ। ਔਰ ਦੇਖਦੇ ਇਸ ਤਰ੍ਹਾਂ ਕਿ ਐਰ ਕੇ ਸ਼ਹਿਜ਼ਾਦ ਅਕਮਲ ਡੋਗਰ ਦਾ ਵਜ਼ਨ ਤਕਰੀਬਨ 85 ਕਿਲੋ, ਅਗਲੇ ਇਹਨਾਂ ਨੇ ਐਰਕਾ ਵਰਲਡ ਕੱਪ ਦੇ ਵਿੱਚ ਬਹੁਤ ਮਿਹਨਤ ਕੀਤੀ, ਅਗਲੇ ਸਾਲ ਇਹਨਾਂ ਦਾ 100 ਤੋਂ ਜ਼ਿਆਦਾ ਅੱਪ ਹੋ ਜਾਣਾ, ਇੱਦਾਂ ਹੋ ਜਾਣਾ, ਇਹ ਵੀ ਸਟੀਰਾਇਡ ਇਸਤੇਮਾਲ ਕਰਨਗੇ ਇੱਦਾਂ ਤਕਰੀਬਨ, ਕਈ ਲੋਕ ਯਾਦ ਕਹਿੰਦੇ ਨਹੀਂ ਲੇਕਿਨ ਤੁਸੀਂ ਰਹੇ ਹੀ ਇੱਦਾਂ ਦੇ। ਜ਼ਰੂਰੀ ਨਹੀਂ ਵੀ ਤੁਸੀਂ ਬਾਡੀ ਵੇਟ ਆਪਣਾ ਸਟੀਰਾਇਡ ਨਹੀਂ ਗੇਨ ਕਰ ਸਕਦੇ, ਇਹ ਕੋਈ ਥਿਊਰੀ ਨਹੀਂ ਹੈਗੀ। ਇਹ ਥੋੜ੍ਹਾ ਜਿਹਾ ਸਾਨੂੰ ਇੱਕ ਨਾ ਕਨਸੈਪਟ ਬਣ ਗਿਆ ਬੰਦਿਆਂ ਦਾ ਵੀ ਯਾਰ ਅਸੀਂ ਸਟੀਰੋਇਡ ਨਹੀਂ ਗੇਨ ਕਰ ਸਕਦੇ। ਨਹੀਂ, ਵਜ਼ਨ ਵਧਾਉਣ ਦੇ ਕਈ ਤਰੀਕੇ ਹੈਗੇ ਆ, ਦੇਸੀ ਵੀ ਹੈਗੇ, ਲੇਕਿਨ ਮੈਂ ਆਪਣਾ ਵਜ਼ਨ ਗੇਨ ਹੋਣ ਨਹੀਂ ਦਿੰਦਾ ਜ਼ਿਆਦਾਤਰ। ਉਹਦੀ ਵਜ੍ਹਾ ਇਹ ਆ ਕਿ ਮੇਰੀ ਗੇਮ ਸਪੀਡ ਦੀ ਹੈ, ਮੈਂ ਅਗਰ ਸਪੀਡ ਘਟਾਊਂਗਾ ਮੇਰੀ ਗੇਮ ਪਿੱਛੇ ਚਲ ਜਾਊਗੀ। ਹਰ ਬੰਦੇ 'ਚ ਇੱਕ, ਮੈਂ ਪਹਿਲੇ ਦੱਸਿਆ ਆਪਣੇ ਭਰਾ ਨੂੰ, ਇੱਕ ਕੁਆਲਿਟੀ ਅੱਲਾ ਪਾਕ ਨੇ ਦਿੱਤੀ ਆ, ਕੁਛ ਪਾਵਰ ਨਾਲ ਖੇਲਦੇ ਆ, ਕੁਛ ਟੈਕਨੀਕ ਨਾਲ ਖੇਲਦੇ ਆ, ਕੁਛ ਸਪੀਡ ਨਾਲ ਖੇਲਦੇ ਆ, ਅਤੇ ਅੱਲਾ ਦਾ ਸ਼ੁਕਰ ਆ ਚੰਗੀ ਮਾੜੀ ਟੈਕਨੀਕ ਵੀ ਹੈਗੀ ਆ, ਅਤੇ ਸਪੀਡ ਆਪਣੇ ਕੋਲ ਪਹਿਲੀ ਗੱਲ ਆ। ਅਗਰ ਮੈਂ ਵੇਟ ਬਹੁਤ ਜ਼ਿਆਦਾ ਗੇਨ ਕਰ ਲੂੰਗਾ ਤਾਂ ਮੇਰੀ ਸਪੀਡ ਘੱਟ ਜੂਗੀ। ਅਤੇ ਭਾਅ ਜੀ ਇੱਕ ਸਵਾਲ ਆ, ਵਰਲਡ ਕੱਪ ਦੇ ਵਿੱਚ ਫਾਈਨਲ ਵਿੱਚ ਤੁਸੀਂ ਬਹੁਤ ਲੋਕਾਂ ਨੂੰ, ਸਾਨੂੰ ਵੀ ਇਹ ਸੀ ਕਿ ਭਾਈ ਸ਼ਹਿਜ਼ਾਦ ਤੀਸਰੇ ਜਾਂ ਚੌਥੇ ਨੰਬਰ ਦੇ ਉੱਤੇ ਰਿਕਾਰਡੀ ਪਾਉਣਗੇ। ਹਾਂਜੀ। ਔਰ ਸਾਰੇ ਬੈਠੇ ਦੇਖ ਕੇ ਨਾ ਕੋਈ ਸ਼ਹਿਜ਼ਾਦ ਅਕਮਲ ਡੋਗਰ ਕੌਡੀ ਪਾਵੇ ਪਾਵੇ, ਲੇਕਿਨ ਉਹਦੇ ਖਿਆਲ ਆ ਤੁਸੀਂ ਕਿਉਂ ਨਹੀਂ ਉਹਦੇ 'ਚ ਕੌਡੀ? ਦੋ ਇੱਕ ਚੀਜ਼ਾਂ ਵੀਰੇ, ਇੱਕ ਤਾਂ ਉਹ ਸਿਲੈਕਸ਼ਨ ਕਰਨੀ ਹੁੰਦੀ ਆ, 14 ਬੰਦੇ ਹੁੰਦੇ ਟੀਮ ਦੇ ਵਿੱਚ, ਉਹ ਕੋਚਿੰਗ ਸਟਾਫ ਨੇ ਸਿਲੈਕਸ਼ਨ ਕਰਨੀ ਹੁੰਦੀ ਜੀ, ਮੇਰੇ ਪਹਿਲੇ ਰੇਡਰ ਆ ਹੋਣਗੇ। ਹੁਣ 7 ਰੇਡਰ ਇੱਕ ਟਾਈਮ ਦੇ ਵਿੱਚ ਟੀਮ ਦੇ ਵਿੱਚ ਰੇਡਾਂ ਤਾਂ ਪਾ ਨਹੀਂ ਸਕਦੇ, ਜਿਹੜੇ ਪਾਕਿਸਤਾਨ ਵਾਸਤੇ ਸਿਲੈਕਟ ਹੋਏ ਆ ਨਾ ਉਹ 7 ਦੇ 7 ਇੱਕੋ ਜਿਹੇ ਹੀ ਆ। ਅਗਰ ਉਹਨਾਂ 'ਚ ਕੋਈ ਕੁਆਲਿਟੀ ਹੈਗੀ ਆ ਤਾਂ ਉਹ 7 ਆਏ ਪਾਕਿਸਤਾਨ ਦੀ ਟੀਮ 'ਚ। ਮੈਂ ਹਰਗਿਜ਼ ਇਹ ਨਹੀਂ ਕਹਿਣਾ ਚਾਹੁੰਦਾ ਕਿ ਕੋਈ ਮਾੜਾ ਹੁੰਦਾ ਕੋਈ ਚੰਗਾ ਹੁੰਦਾ, ਮੈਨੂੰ ਨਹੀਂ ਲੱਗਦਾ। ਅਗਰ ਤੁਸੀਂ ਕਿਸੇ ਕੰਟਰੀ ਨੂੰ ਰਿਪ੍ਰਜੈਂਟ ਕਰ ਰਹੇ ਆ ਨਾ, ਉਹ ਜਿਹੜੇ ਤੁਹਾਡੇ ਕੋਲ 7 ਰੇਡਰ ਆ ਜਾਂ 8 ਰੇਡਰ ਆ ਉਹ ਤੁਹਾਡੇ ਇੱਕ ਲੈਵਲ ਦੇ ਆ, ਅਗਰ 7 ਜਾਂ 8 ਸਟੋਪਰ ਆ ਤਾਂ ਇੱਕ ਲੈਵਲ ਦੇ ਆ। ਦੇਨ ਕਿਸੇ ਦਾ ਵੀ ਉੱਦਣ ਚੰਗਾ ਹੋ ਸਕਦਾ, ਕਿਸੇ ਦਾ ਮਾੜਾ ਵੀ ਹੋ ਸਕਦਾ। ਉਹ ਸਾਡੇ 3-4 ਰੇਡਰ ਮਾਸ਼ਾਅੱਲਾ ਕਹੇ ਸੀਗੇ ਉਹਨਾਂ ਨੇ ਕਿ ਇਹ 3-4 ਰੇਡਾਂ ਪਾਉਣਗੇ। ਅਗਰ ਖੁਦਾ ਨਾ ਖਾਸਤਾ ਇਹਨਾਂ 'ਚੋਂ ਕੋਈ ਬੈਡ ਪਰਫੋਰਮੈਂਸ ਦਿੰਦਾ ਜਾਂ ਅੱਲਾ ਨਾ ਕਰੇ ਕਿਸੇ ਨੂੰ ਕੋਈ ਇੰਜਰੀ ਹੋ ਜਾਂਦੀ ਆ, ਤਾਂ ਉਹਦੀ ਚੇਂਜ 'ਤੇ ਅਸੀਂ ਸੀਗੇ, ਮੈਂ ਆ ਗਿਆ ਸੀਗਾ ਗਰਾਊਂਡ ਦੇ ਵਿੱਚ ਚੇਂਜ 'ਤੇ,
ਲੇਕਿਨ ਉਹ ਮਾਸ਼ਾਅੱਲਾ ਸਾਡੇ ਮੈਚ 1-1 ਲੱਗਾ ਸੀਗਾ, ਉੱਥੇ ਕੋਈ ਵੀ ਅਗਰ ਕੋਚ ਹੁੰਦਾ ਮੇ ਸਾਡਾ ਪਾਕਿਸਤਾਨ ਦੇ ਇਲਾਵਾ ਵੀ ਕੋਈ ਹੁੰਦਾ, ਜਿਹੜੇ 3 ਰੇਡਰ ਅੱਛਾ ਪਰਫੋਰਮ ਕਰ ਰਹੇ ਆ ਉਹਨਾਂ ਨੂੰ ਚੇਂਜ ਕਰਨ ਦਾ ਕੋਈ ਮੇਰਾ ਖਿਆਲ ਨਹੀਂ ਹੈਗਾ, ਇਸ਼ੂ ਕਰਨਾ ਹੀ ਨਹੀਂ ਚਾਹੀਦਾ ਸੀ, ਕਿਉਂ ਉਹਨਾਂ ਦੀ ਆਈ ਸੈੱਟ ਹੋਈ ਆ, ਗਰਾਊਂਡ ਤਾਂ ਉਹਨਾਂ ਦੇ ਕਦਮ ਟੱਚ ਆ, ਉਹ ਬੜੇ ਅੱਛੇ ਤਰੀਕੇ ਨਾਲ ਖੇਡ ਰਹੇ ਆ। ਖੁਦਾ ਨਾ ਖਾਸਤਾ ਉਹਨਾਂ 'ਚ ਕੋਈ ਮਾੜਾ ਖੇਡਦਾ ਤਾਂ ਚੇਂਜ ਲੈ ਸਕਦੇ ਹਾਂ ਅਸੀਂ ਸੱਤਾਂ ਦੇ ਵਿੱਚੋਂ, ਮੈਂ ਆ ਗਿਆ ਸੀਗਾ ਗਰਾਊਂਡ ਦੇ ਵਿੱਚ, ਹੁਣ ਜ਼ਰੂਰਤ ਹੀ ਨਹੀਂ ਮਹਿਸੂਸ ਹੋਈ ਤਾਂ ਹੁਣ ਧੱਕੇ ਦੇ ਨਾਲ ਤਾਂ ਆਪਾਂ ਰੇਡ ਨਹੀਂ ਨਾ ਪਾ ਸਕਦੇ। ਪਾਕਿਸਤਾਨ ਦਾ ਮਸਲਾ ਸੀ ਉੱਥੇ, ਮੈਚ ਜਿੱਤਣਾ ਜ਼ਰੂਰੀ ਸੀਗਾ, ਅਤੇ ਬਾਕੀ ਕੋਈ ਗੱਲ ਨਹੀਂ, ਅੱਗੋਂ ਬਹੁਤ ਵੱਡੇ ਆ। ਹੁਣ ਤਾਂ ਵੀਰੇ ਮੀਡੀਆ 'ਤੇ ਹਰ ਮੈਚ ਆ ਜਾਂਦਾ, ਹਰ ਮੈਚ ਹੀ ਵਰਲਡ ਕੱਪ ਆ। ਅਤੇ ਭਾਅ ਜੀ ਆ ਜਿਹੜੇ ਖੇਡਾਂਗੇ ਅੱਗੋਂ ਇਨਸ਼ਾਅੱਲਾ ਆਪਾਂ ਸਾਰੇ ਮੈਚ, ਅਤੇ ਜਿਹੜੇ ਦੋਸਤਾਂ ਨੂੰ ਕੋਈ ਥੋੜ੍ਹੀ ਜਿਹੀ ਮੇਰੇ ਕਰਕੇ ਦੁੱਖ ਮਹਿਸੂਸ ਹੋਇਆ ਵੀ ਮੈਂ ਰੇਡਾਂ ਨਹੀਂ ਪਾਈਆਂ, ਤਾਂ ਤੁਸੀਂ ਥੋੜ੍ਹਾ ਜਿਹਾ ਵੇਟ ਕਰੋ, ਇਨਸ਼ਾਅੱਲਾ ਆਪਾਂ ਸਾਰੇ ਮੈਚ ਖੇਡਾਂਗੇ ਹੁਣ। ਅਤੇ ਭਾਅ ਜੀ ਉਹ ਲੋਕ ਅਕਸਰ ਇਹ ਵੀ ਗੱਲਾਂ ਕਰਦੇ ਆ ਕਿ ਹੀਰਾ ਵੱਟ ਗਿਆ ਵਾ, ਉਹਨੇ ਕਬੱਡੀ ਨਹੀਂ ਪਾਈ, ਉਹਨੂੰ ਫੈਡਰੇਸ਼ਨ ਨੇ ਨਹੀਂ ਖਿਲਾਇਆ, ਉਹਦਾ ਰੀਜ਼ਨ ਤੁਹਾਨੂੰ ਤਾਂ ਜ਼ਿਆਦਾ ਪਤਾ ਹੈ। ਜੀ ਜੀ ਬਿਲਕੁਲ, ਮੈਨੂੰ ਪਤਾ ਹੀਰਾ ਵੱਟ ਗਿਆ ਆ, ਉਹਦਾ ਬੈਨ ਲਿਫਟ ਹੋਇਆ ਆ। ਹਾਂਜੀ ਮਾਸ਼ਾਅੱਲਾ ਵਨ ਆਫ ਬੈਸਟ ਪਲੇਅਰ ਇਨ ਦਾ ਵਰਲਡ, ਮੈਂ ਸਮਝਦਾ ਹੀਰਾ ਵੱਟ ਬਹੁਤ ਤਗੜਾ ਪਲੇਅਰ ਆ ਪਾਕਿਸਤਾਨ 'ਚ ਇਸ ਟਾਈਮ, ਨਵੇਂ ਜਿੰਨੇ ਮੁੰਡੇ ਆਏ ਆ ਸਾਰਿਆਂ ਤੋਂ ਚੰਗਾ ਹੀਰਾ ਵੱਟ, ਔਰ ਇਸ ਟਾਈਮ ਮਾਸ਼ਾਅੱਲਾ ਇੱਕ ਨੰਬਰ ਰੇਡਰ ਆ ਪਾਕਿਸਤਾਨ 'ਚ। ਅਤੇ ਲੇਕਿਨ ਉਹਦੇ ਵਾਕਈ ਇੰਜਰੀ ਸੀ, ਅਗਰ ਯਾਰ ਫੈਡਰੇਸ਼ਨ ਨੇ ਉਹਦੇ ਨਾਲ ਕੋਈ ਦੋ ਨੰਬਰੀ ਕਰਨੀ ਹੁੰਦੀ ਜਾਂ ਕੋਈ ਸਿਆਸਤ ਉਹਦੇ ਨਾਲ ਕਰਨੀ ਹੁੰਦੀ ਤਾਂ ਬੈਨ ਹੀ ਨਾ ਲਿਫਟ ਕਰ ਲੈਂਦੇ, ਉਹਦਾ ਬੈਨ ਕਿਉਂ ਲਿਫਟ ਕੀਤਾ ਇਹਨਾਂ ਨੇ, ਖਿਡਾਉਣ ਵਾਸਤੇ ਕੀਤਾ। ਲੇਕਿਨ ਉਹਦੇ ਜੈਨੂਇਨ ਇੰਜਰੀ ਸੀਗੀ, ਉਹਦਾ ਮਸਲ ਪ੍ਰੋਬਲਮ ਸੀਗੀ ਆ ਗੋਡੇ ਦੇ ਲਾਗੇ, ਜਿਹਦਾ ਕਰਕੇ ਹੀਰਾ ਵੱਟ ਆਪਣੀ ਮਰਜ਼ੀ ਨਾਲ ਆਪਣੀ ਮਜਬੂਰੀ ਦੀ ਵਜ੍ਹਾ ਨਾਲ ਨਹੀਂ ਖੇਲਿਆ, ਔਰ ਫੈਡਰੇਸ਼ਨ ਦਾ ਇਹਦੇ ਵਿੱਚ ਕੋਈ ਅਮਲ ਦਖਲ ਨਹੀਂ ਹੈਗਾ। ਉਹਨੂੰ ਫੈਡਰੇਸ਼ਨ ਨੇ ਅਗਰ ਮੰਗਾਇਆ ਸੀ ਨਾ ਤਾਂ ਉਹਨੂੰ ਖਿਡਾਉਣ ਵਾਸਤੇ ਮੰਗਾਇਆ ਸੀ, ਉਹਦਾ ਬੈਨ ਵੀ ਲਿਫਟ ਕੀਤਾ ਸੀ, ਔਰ ਇਹ ਵੀ ਬੜੀ ਇੱਕ ਅੱਛਾ ਸਾਈਨ ਆ ਫੈਡਰੇਸ਼ਨ ਵਾਸਤੇ ਕਿ ਭਾਈ ਗੁਲਾਮ ਅਬਾਸ ਭੱਟ ਸਾਹਿਬ ਔਰ ਫੈਡਰੇਸ਼ਨ ਦੀ ਸੁਲਾਹ ਵੀ ਹੋ ਗਈ ਆ, ਇਹ ਹੁਣ ਇਹ ਸਾਰੇ ਇਕੱਠੇ ਰਲ ਕੇ ਕੰਮ ਕਰੇ ਤਾਂ ਕਬੱਡੀ ਹੁਣ ਚੰਗੀ ਹੋਊਗੀ। ਹਾਂਜੀ ਇਹ ਗਰੁੱਪਬਾਜ਼ੀ ਖਤਮ ਹੋ ਗਈ, ਗਰੁੱਪਬਾਜ਼ੀ ਸੁਲਾਹ ਹੋ ਗਈ ਹੈ ਇਹਨਾਂ ਦੀ, ਕੱਲ੍ਹ ਹੁਣ ਕਿਸੇ ਦੇ ਅੰਦਰ ਵੜ ਕੇ ਤਾਂ ਵੇਖਿਆ ਨਹੀਂ, ਸੁਲਾਹ ਹੋ ਗਈ ਆ। ਇਨਸ਼ਾਅੱਲਾ ਇਹ ਸਾਰੇ ਇਕੱਠੇ ਕੰਮ ਕਰਨਗੇ ਨਾ ਜਦੋਂ, ਫਿਰ ਕਬੱਡੀ ਦਾ ਭਲਾ ਹੋਣਾ। ਇਹ ਹੁਣ ਸੁਲਾਹ ਹੋ ਗਈ ਅਤੇ ਇਨਸ਼ਾਅੱਲਾ ਸਾਰੇ ਇਕੱਠੇ ਹੀ ਆ, ਹੁਣ ਹੁਣ ਕਬੱਡੀ ਜਿਹੜੀ ਹੈ ਨਾ ਐਂ ਛਾਲ ਮਾਰੇਗੀ ਇਨਸ਼ਾਅੱਲਾ। ਅੱਲਾ ਦੇ ਹੁਕਮ, ਠੀਕ ਹੈ ਭਾਈ ਅਕਮਲ ਜੀ, ਮਿਹਰਬਾਨੀ, ਤੁਹਾਡੀਆਂ ਮੁਹੱਬਤਾਂ ਦਾ ਵੀ ਸ਼ੁਕਰੀਆ ਜੀ, ਤੁਸੀਂ ਜੀ ਬਹੁਤ ਕੀਮਤੀ ਵਕਤ ਦੇ ਤੋਂ ਜੀ, ਥੈਂਕ ਯੂ ਸਾਹਮਣੇ।